शेरू पेइंग गेस्ट ओनली फॉर कुड़ियां 3500 रुपया पर कुड़ी पैसे सारे साल दे एडवांस लवांगे। ऐ की मुंडे ओ भी साडे पीजी च ओ तेरा दिमाग नहीं खराब होए तेनू शेरू भाई का पता नहीं हैगा ओए शेरू भाई तो डर जाते इधर मेल परिंदा पर नहीं मारदा तू मुंडे की गल करदा छोटे जिदा की तू गल की ना जे शेरू भाई नू पता लग गया ना तो मार मार चपेड़ा तेरी गल लाल कर देंगे नाले गल सुनो इस वेले शेरू भाजी गल नहीं कर सकते क्योंकि वह अपने पालतू शेरों के नाल खेड रहे रूबी जी ओए खड़ा हो तू इतने बैठा की करदा ओए बैठो रूबी जी थोड़े वास्ते कुलचे छोले लेके आई मैं भी खाऊंगा जी है की कसौना सीधा हो जाके प्लेट लेके नाल गल सुन शेरा वास्ते भी लेके आई ठीक है जी रूबी जी कुलचे बहुत स्वाद ने जी देखो अपने पीज दे विच 6-7 कुड़ियां रह रही ने होर भी पर पता नहीं क्यों मेरा दिल बारी बारी थोड़े नाल बह के खाण नू करदा रहिंदा वैसे शेरू जी एक गल पुछां तुसी माइंड ते नहीं करोगे हुकम करो थोड़ी शकल थोड़े दादा जी नाल मिलदी नहीं पर हरकतां बिल्कुल मिलदियां ने जी की मतलब ए तो मतलब मेरे दादा जी बहुत बड़े शिकारी सीगे उन्होंने गोलियां मार मार सारी दुनिया के शेर खत्म करते तुहानू पता ऑलमोस्ट 1200-1400 शेर बाकी रह गए वह भी लुक छुप के बचे ने नहीं तो दादा जी ने वह भी ਪੜੁੱਕ ਦੇਣੇ ਸੀ ਇਹਦਾ ਮਤਲਬ ਤੁਸੀਂ ਵੀ ਸ਼ਿਕਾਰੀ ਹੋ ਰੁਬੀ ਜੀ ਹੁਣ ਮੈਂ ਆਪਦੇ ਮੂੰਹ ਆਪਦੀ ਕੀ ਤਾਰੀਫ ਕਰਾਂ ਜੀ ਜਣਦੇ ਆਪਦੇ ਮੂੰਹ ਆਪ ਹੀ ਮੀਆਂ ਮਿੱਠੂ ਵੰਡਣ ਵਾਲੀ ਗੱਲ ਹੈ ਜੀ ਬਸ ਮੇਰੇ ਬਾਰੇ ਤਾਂ ਇਹ ਹੈ ਵੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੀ ਹੈ ਜੀ ਜਣਦੇ ਹੁਣ ਮੈਂ ਕੀ ਦੱਸਾਂ ਕੀ ਤਾਰੀਫ ਕਰਾਂ ਜੀ ਉਸਤਾਦ ਹੋਣਾ ਦੀ ਉਸਤਾਦ ਹੋਣਾ ਨੇ ਕਈ ਵਾਰੀ ਬੰਦੂਕ ਚੱਕੀ ਆ ਵਿੱਚ ਗੋਲੀਆਂ ਪਾਈਆਂ ਨੇ ਜੰਗਲ 'ਚ ਗਏ ਨੇ ਬਸ ਇੰਨੀ ਦਹਿਸ਼ਤ ਹੈ ਉਸਤਾਦ ਹੋਣਾ ਦੀ ਇਹਨਾਂ ਨੂੰ ਵੇਖ ਕੇ ਸ਼ੇਰ ਲੁੱਕ ਜਾਂਦੇ ਮੈਂ ਕਹਿੰਦਾ ਹੁਣ ਤੇ ਸ਼ੇਰ ਡਰ ਤੇ ਖੁੱਡ 'ਚੋਂ ਬਾਹਰ ਨਹੀਂ ਨਿਕਲਦੇ ਬਸ ਰੂਬੀ ਜੀ ਉਸ ਤੋਂ ਬਾਅਦ ਤਾਂ ਬਸ ਅੱਜ ਗ੍ਰੰਥੀ ਵਾਲੇ ਸ਼ੇਰਾਂ ਨੂੰ ਦੇਖ ਕੇ ਸਬਰ ਕਰ ਲਈਦਾ ਜੀ ਓ ਮਾਈ ਗੋਡ ਤੁਸੀਂ ਇੰਨੇ ਗ੍ਰੇਟ ਹੋ ਤੁਹਾਡੇ ਵਰਗਾ ਗ੍ਰੇਟ ਬੰਦਾ ਦੁਨੀਆ ਦੇ ਕਿਸੇ ਕੋਨੇ ਤੇ ਨਹੀਂ ਹੋਣਾ ਥੈਂਕ ਯੂ ਵੰਡਰਫੁਲ ਡੂ ਇਟ ਵੈਰੀ ਗੁੱਡ ਪੈਰੀ ਬਣਾ ਡੈਡੀ ਜੀ ਮੇਰਾ ਵੀ ਪੈਰੀ ਬਣਾ ਦੇਖਿਆ ਸਿਰਫ ਛਿੱਤਰਾਂ ਦੀ ਘਾਟ ਸੀ 25 ਸਾਲਾਂ ਵਿੱਚ ਅੱਜ ਇਹਨਾਂ ਨੇ ਪਹਿਲੀ ਵਾਰ ਮੈਨੂੰ ਵਿਸ਼ ਕੀਤਾ ਹੈ ਲੈ ਅੱਜ ਤੋਂ ਮੈਂ ਤੁਹਾਨੂੰ ਰੋਜ਼ ਵਿਸ਼ ਕਰਿਆ ਕਰੂੰਗਾ ਓ ਸੌਰੀ ਯਾਰ ਅੱਜ ਤਾਂ ਅਸੀਂ ਦੋਵੇਂ ਨਾ ਤੁਹਾਨੂੰ ਰੋਜ਼ ਵਿਸ਼ ਕਰਿਆ ਕਰਾਂਗੇ ਬਸ ਤੁਸੀਂ ਉਹ ਸ਼ਰਤ ਵਾਲੀ ਗੱਲ ਭੁੱਲ ਜਾਓ ਤੁਹਾਡੀਆਂ ਫਾਲਤੂ ਗੱਲਾਂ ਵਾਸਤੇ ਮੇਰੇ ਕੋਲ ਟਾਈਮ ਨਹੀਂ ਹੈ ਸ਼ਰਤ ਸੁਣੋ ਸ਼ਰਤ ਦੇ ਮੁਤਾਬਕ ਤੁਸੀਂ ਕੱਲ੍ਹ ਪੰਜਾਬ ਜਾ ਰਹੇ ਹੋ ਪੰਜਾਬ ਤੇ 1 ਮਹੀਨੇ ਵਿੱਚ 30 ਲੱਖ ਰੁਪਇਆ ਕਮਾਓਗੇ 30 ਲੱਖ ਯੈਸ ਜੇ 1 ਮਹੀਨੇ ਵਿੱਚ 30 ਲੱਖ ਰੁਪਇਆ ਨਹੀਂ ਕਮਾ ਸਕੇ ਤੇ ਮੈਂ ਸਮਝਾਂਗਾ ਕਿ ਤੁਸੀਂ ਮੇਰੇ ਬਿਜ਼ਨਸ ਸੰਭਾਲਣ ਦੇ ਕਾਬਿਲ ਨਹੀਂ ਹੋ ਤੇ ਸਭ ਕੁਝ ਆਟੋਮੈਟਿਕਲੀ ਚੈਰੀਟੇਬਲ ਟਰੱਸਟ ਨੂੰ ਚਲਾ ਜਾਏਗਾ ਤੇ ਇਸ ਦਾ ਕੇਅਰ ਟੇਕਰ ਹੋਏਗਾ ਰੋਹਿਤ ਸਰ ਮੈਂ ਯੈਸ ਮਾਈ ਸਨ 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 ਤੇ ਅਸੀਂ ਆ ਪਾਪਾ ਆਪਣੇ ਤੋਂ ਆਪਣੇ ਉੱਤੇ ਪਾਪਾ ਚਲੋ ਮਿੱਠੀ ਪਾਓ ਡੈਡ ਇੱਕ ਇੱਕ ਠੰਡੀ ਬੀਅਰ ਮੰਗਾਓ ਫਿਰ ਗੱਲ ਕਰਦੇ ਹਾਂ ਦੇਖੋ ਸਟ੍ਰੈਟਜੀ ਬਣਾ ਲਓ ਕਿ ਪੈਸਾ ਕਿਵੇਂ ਕਮਾਉਣਾ ਹੈ ਕਿਉਂਕਿ ਵਾਪਸੀ ਦੀ ਟਿਕਟ ਤਾਂ ਮੈਂ ਤੁਹਾਡੀ ਭੇਜਣੀ ਨਹੀਂ ਕਿਤੇ ਐਵੇਂ ਨਾ ਹੋਵੇ ਪੰਜਾਬ ਦੇ ਕਿਸੇ ਹਾਤੇ ਵਿੱਚ ਦੋਵੇਂ ਤੁਸੀਂ ਠੰਡੀ ਬੀਅਰ ਵੇਚਦੇ ਫਿਰੋ ਹੁਣ ਤੁਸੀਂ ਜਾ ਸਕਦੇ ਹੋ ਹਾਂਜੀ ਨਾਓ ਯੂ ਗੈਟ ਆਊਟ ਚੱਲ ਬਈ ਯਾਰ ਆਪਣੀ ਬੇਇੱਜ਼ਤੀ ਨਹੀਂ ਹੋ ਰਹੀ ਬਹੁਤ ਸੋਚਣਾ ਪੈਣਾ ਕੁਝ ਡੈਡੀ ਜੀ ਯੈਸ ਹੁਣ ਕੀ ਹੋਇਆ ਡੈਡੀ ਡੈਡੀ ਸਤਿ ਸ਼੍ਰੀ ਅਕਾਲ ਆਓ ਜੀ ਪੁੱਤਰ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਓ ਮੈਂ ਇੱਕ ਗੱਲ ਕਰਨੀ ਤੁਹਾਡੇ ਨਾਲ ਹਾਂ ਕਰੋ ਡੈਡੀ ਮੈਂ ਤਾਂ ਆਸ਼ੀਰਵਾਦ ਲੈਣਾ ਸੀ ਡੈਡੀ
ਤੁਸੀਂ ਮੈਨੂੰ ਆਸ਼ੀਰਵਾਦ ਹੀ ਨਹੀਂ ਦਿੱਤਾ। ਮੇਰਾ ਦਿਨ ਹੀ ਨਹੀਂ ਵਧੀਆ ਨਿਕਲਦਾ ਡੈਡੀ। ਜੋ ਕਹਿਣਾ ਹੈ ਸੋ ਕਹੋ, ਜ਼ਿਆਦਾ ਡਰਾਮੇ ਨਾ ਕਰੋ। ਡਰਾਮਾ ਡਰਾਮਾ ਤਾਂ ਰੋਬੀ ਭਾਈ ਕਰਦਾ ਡੈਡੀ। ਮੈਂ ਸੋਚ ਰਿਹਾ ਸੀ ਕਿ ਮੈਂ ਕਿੰਨਾ ਨਾ ਲਾਇਕ ਹੈ ਨਾ, ਤੁਹਾਨੂੰ ਸਮਝ ਹੀ ਨਹੀਂ ਸਕਿਆ ਅੱਜ ਤੱਕ। ਇੰਨੀ ਮਿਹਨਤ ਕਰਕੇ ਤੁਸੀਂ ਇਹ ਸਾਰਾ ਅੰਪਾਇਰ ਖੜਾ ਕੀਤਾ ਤੇ ਉਹ ਛੋਟਾ ਸਾਰਾ ਕੁਝ ਉਜਾੜ ਰਿਹਾ। ਮੈਂ ਛੋਟਾ ਤਾਂ ਹੁੰਦਾ ਸੀ ਡੈਡੀ, ਦੁੱਧ ਪੀਂਦਾ ਸੀ, ਉਹਨੇ ਮੈਨੂੰ ਬੇਰ ਬੁਲਾਤੀ ਡੈਡੀ। ਸਾਰੀ ਗਲਤੀ ਤਾਂ ਹੋਣੀ ਡੈਡੀ, ਮੈਂ ਉਹਨੂੰ ਕਿਹਾ ਮੈਂ ਡੈਡੀ ਵਾਂਗੂ ਜੈਂਟਲਮੈਨ ਬਣਨਾ ਹੈ ਜਸਟ ਲਾਈਕ ਡੈਡੀ। ਉਹ ਮੈਨੂੰ ਜੈਂਟਲਮੈਨ ਕਲੱਬ ਲੈ ਗਿਆ ਡੈਡੀ। ਹਾਂ ਪਰ ਇਹ ਸਾਰਾ ਕੁਝ ਨਾ ਆਪਣੇ ਲਾਡ ਪਿਆਰ ਦਾ ਨਤੀਜਾ। ਪਰ ਤੁਸੀਂ ਬਹੁਤ ਵਧੀਆ ਕੀਤਾ, ਆਪਾਂ ਉਹਨੂੰ ਪੰਜਾਬ ਭੇਜਦੇ ਹਾਂ ਡੈਡੀ। ਮੈਂ ਨਹੀਂ ਜਾਣਾ ਡੈਡੀ, ਮੈਂ ਨਹੀਂ ਜਾਣਾ ਪੰਜਾਬ ਡੈਡੀ। ਨਾਲੇ ਦੋ ਪੁੱਤਰ ਹੋਣ ਦਾ ਇਹੋ ਤਾਂ ਫਾਇਦਾ, ਇੱਕ ਤੁਹਾਡੇ ਕੋਲ ਰਹਿ ਕੇ ਤੁਹਾਡੀ ਸੇਵਾ ਕਰੂਗਾ, ਇੱਕ ਪੰਜਾਬ ਜਗ ਸ਼ਰਤ ਪੂਰੀ ਕਰ ਦੂਗਾ। ਡੈਡੀ ਤੁਹਾਨੂੰ ਤਾਂ ਯਾਦ ਹੋਣਾ ਡੈਡੀ, ਮੈਂ ਨਿੱਕੇ ਤੇ ਸੀਗਾ, ਮੰਮੀ ਤੁਹਾਨੂੰ ਮੇਰੇ ਕੋਲ ਛੱਡ ਕੇ ਗਈ ਕਿ ਡੈਡੀ ਦਾ ਖਿਆਲ ਰੱਖਣਾ। ਜੇ ਮੈਂ ਪੰਜਾਬ ਚਲ ਗਿਆ ਤਾਂ ਤੁਹਾਡਾ ਖਿਆਲ ਕੋਲ ਰੱਖੀਏ ਡੈਡੀ। ਮੰਮੇ ਮੰਮੇ ਹੋ ਗਿਆ। ਹਾਂਜੀ ਹੁਣ ਤੁਸੀਂ ਪੰਜਾਬ ਜਾਣ ਦੀ ਤਿਆਰੀ ਕਰੋ। ਮੈਂ ਵੀ ਮੰਮੇ ਆ ਹੀ ਗਿਆ ਡੈਡੀ। ਬੁੱਧਵਾਰ ਦਾ ਨਜ਼ਾਰੇ ਕੁਛ ਹੋਰ ਹੈ। ਓਏ ਉੱਪਰ ਨਹੀਂ ਲਓ ਉਸਤਾਦ ਜੀ, ਹੁਣੇ ਵੇਖਿਓ ਤੁਸੀਂ। ਬਸ 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 ਰਾਮ ਨਾਲ ਬਸ। ਵੈਸੇ ਉਸਤਾਦ ਜੀ ਦਾਰਾ ਸਿੰਘ ਤੋਂ ਬਾਅਦ ਤੁਹਾਡੀਆਂ ਪਿੰਨੀਆਂ ਵੇਖੀਆਂ। ਆਹ ਆਹ ਰਿਲੈਕਸ ਕਰੋ, ਰਾਮ ਨਾਲ ਰਾਮ ਨਾਲ ਰੱਖ ਦੋ ਰੱਖ ਦੋ। ਓਹ ਹੋ ਹੋ ਸ਼ੇਰੂ ਜੀ, ਅੱਜ ਮੈਂ ਤੁਹਾਡੇ ਲਈ ਚੰਦੂ ਦੇ ਸਮੋਸੇ ਲੈ ਕੇ ਆਈ ਹਾਂ। ਓ ਅੱਛਾ ਜੀ, ਜੇ ਨਾਲ ਬਾਲੂਸ਼ਾਹੀ ਵੀ ਹੋ ਜਾਂਦੀ। ਸਮੋਸੇ ਬਹੁਤ ਸੋਹਣੇ ਨੇ ਜੀ। ਕੀ ਮੇਰਾ ਮਤਲਬ ਸਵਾਦ ਨੇ। ਅੱਛਾ ਸ਼ੇਰੂ ਜੀ, ਸਮੋਸਿਆਂ ਨੂੰ ਲੈ ਕੇ ਤੁਹਾਡੀ ਲਾਈਫ 'ਚ ਕੋਈ ਕਿੱਸਾ ਨਹੀਂ ਹੈਗਾ? ਇਹ ਕਿੱਦਾਂ ਹੋ ਸਕਦਾ ਛੋਟੂ ਪੁੱਤਰੀ, ਬਥੇਰ ਮੈਨੇ ਬਾਅਦ ਵਿੱਚ ਖਾ ਲਈ। ਸੁਣੋ ਕੀ ਕਿੱਸਾ ਸੁਣਾਵਾਂ ਜੀ, ਪਹਿਲਵਾਨੀ ਸਮੇਂ ਉਸਤਾਦ ਜੀ 30-35 ਸਮੋਸੇ ਇਕੱਠੇ ਹੀ ਖਾ ਜਾਂਦੇ ਸੀ। ਸੱਚੀ ਸਮੋਸੇ ਦੀ ਗੱਲ ਨਹੀਂ ਜੀ, ਪਹਿਲਵਾਨੀ ਦੇਖੋ। ਅੱਛਾ ਸ਼ੇਰੂ ਜੀ, ਫਿਰ ਤੁਸੀਂ ਪਹਿਲਵਾਨੀ ਕਿਉਂ ਛੱਡਤੀ ਜੀ? ਉਹ ਬਸ ਜੀ, ਪਿੰਡ ਦੇ ਸਰਪੰਚ ਨੇ ਰਿਕੁਐਸਟ ਇਸ ਤਰ੍ਹਾਂ ਕਰਤੀ, ਦਰਅਸਲ ਨਾ ਪਿੰਡ ਦਾ ਕੋਈ ਮੁੰਡਾ ਮੈਂ ਛੱਡਿਆ ਨਹੀਂ ਸੀ ਜਿਹਦੀ ਲੱਤ ਬਾਂਹ ਤੋੜੀ ਨਾ ਹੋਵੇ। ਅੱਛਾ ਜੀ। ਹਾਂਜੀ ਹਾਂਜੀ, ਚੱਕੋ ਫੋਨ ਚੱਕੋ। ਹਾਂਜੀ ਪੀਜੀ ਫੋਰ ਕੁੜੀਆਂ। ਹਾਂਜੀ 3500 ਰੁਪਏ ਪਰ ਬੱਚੀ ਜੀ। ਪੈਸੇ ਸਾਲ ਦੇ ਸਾਰੇ ਕਿੱਥੇ ਲਵਾਂਗੇ? ਹੈਲੋ ਪਤਾ ਨਹੀਂ ਕੌਣ ਸੀ ਜੀ, ਇਸ ਤਰ੍ਹਾਂ ਕਿਤੇ ਬਿਜੀ ਚੱਲਦੇ ਹੁੰਦੇ ਨੇ। ਲੱਗਦਾ ਹੈ ਗਲਤ ਫੋਨ ਲੱਗ ਗਿਆ ਸੀ। ਮੈਂ ਚੱਕਦਾ। ਲਓ ਜੀ ਦੇਖੋ ਗੱਲ ਕਿੱਦਾਂ ਕਰੀਦੀ ਹੈ। ਕੌਣ ਬੋਲਦਾ ਬਾਈ? ਬਰਾੜ। ਉਹ ਜਿਹੜੀ ਕੋਠੀ 'ਚ ਬਹਿ ਕੇ ਤੂੰ ਫੋਨ ਸੁਣ ਰਿਹਾ ਹੈ ਉਹਦਾ ਮਾਲਕ। ਹੈਲੋ ਹੈਲੋ ਰੇਂਜ ਦੀ ਪ੍ਰੋਬਲਮ ਹੈ। ਹੈਲੋ 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 ਬਰਾੜ ਸਾਹਿਬ, ਕੀ ਹਾਲ ਚਾਲ ਹੈ? ਉਹ ਹਾਲ ਤਾਂ ਚੰਗਾ ਹੈ ਸ਼ੇਰੂ, ਪਰ ਆ ਪਹਿਲਾਂ ਕੌਣ ਪੀਜੀ ਪੀਜੀ ਦੀਆਂ ਗੱਲਾਂ ਕਰ ਰਿਹਾ ਸੀ? ਇਹ ਕਿੱਦਾਂ ਹੋ ਸਕਦਾ ਬਰਾੜ ਸਾਹਿਬ, ਤੁਹਾਡੀ ਕੋਠੀ ਹੈ, ਮੈਂ ਨੌਕਰ ਹਾਂ, ਫਿਰ ਪੀਜੀ ਵਾਲੀ ਗੱਲ ਕਿੱਥੋਂ ਆ ਗਈ? ਸ਼ੇਰੂ ਤੂੰ ਕਹਿ ਰਿਹਾ ਸੀਗਾ ਨਾ ਕਿ ਸਰਦਾਰ ਜੀ ਤੁਸੀਂ ਪੰਜਾਬ ਕਿਉਂ ਨਹੀਂ ਆਉਂਦੇ? ਕੀ ਤੁਸੀਂ ਆ ਗਏ ਹੋ? ਉਹ ਮੈਂ ਕਿੱਥੇ ਆ ਸਕਦਾ ਹੈ, ਕੰਮ ਕਾਰ ਹੀ ਇੰਨਾ ਹੈ। ਉਹ ਤਾਂ ਮੈਂ ਗਲਤੀ ਸਮਝ ਗਿਆ ਸੀ। ਹਾਂ ਮੇਰੇ ਮੁੰਡੇ ਆ ਰਹੇ ਨੇ ਦੋਵੇਂ ਇੱਕ ਮਹੀਨੇ ਵਾਸਤੇ। ਹੈਂ ਇੰਨੀ ਗਰਮੀ 'ਚ? ਕੱਲ੍ਹ ਆ ਰਹੇ ਨੇ ਉਹ ਇੰਡੀਆ। ਓਕੇ ਬਰਾੜ ਸਾਹਿਬ ਹੈਲੋ, ਕੱਟਤਾ ਤੂੰ ਅੱਜ ਤੱਕ ਮੈਨੂੰ ਝੂਠ ਕਹਿੰਦਾ ਰਿਹਾ ਤੇ ਮੈਂ ਤੈਨੂੰ ਰੱਬ ਸਮਝਦੀ ਰਹੀ, ਝੂਠਿਆ। ਹੈਂ ਉਥਾ ਬੈਠੀ ਹੈ, ਇਦੋਂ ਪਹਿਲਾਂ ਸੱਚੇ ਥੱਪੜ ਪਵੇ ਮੈਨੂੰ ਕੁਛ ਕਰਨਾ ਪੈਣਾ। ਕੁਛ ਸੋਚ ਰੋਹਿਤ, ਜੇ ਪੈਸਾ ਚਾਹੀਦਾ ਤੇ ਰੋਬੀ ਰੋਲੀ ਦਾ ਕੁਛ ਕਰਨਾ ਹੀ ਪੈਣਾ। ਟੰਗੇ ਰਹਿੰਦੇ ਕੰਧਾਂ ਦੇ ਉੱਤੇ ਚਿਮਟੇ ਜਦੋਂ ਦੇ ਚਰਖੇ ਵਾਲੇ ਆ ਗਏ। ਉਹ ਦਲੇਰ ਮੈਂ ਜੀ ਫੋਨ ਵੱਜ ਰਿਹਾ, ਫੋਨ ਚੱਕ, ਹੋਰੇ ਕਿਸੇ ਦਾ ਪ੍ਰੋਗਰਾਮ ਹੀ ਹੋਵੇ। ਹੈਲੋ, ਥੈਂਕ ਯੂ, ਸ਼ੁਕਰ ਮਿਹਰਬਾਨੀ, ਰੰਗਲਾ ਪੰਜਾਬ ਵਰਕਰਸ ਦੀ ਤਰਫ ਤੋਂ ਗੱਲ ਅਰਜ਼ ਕਰਿਆ ਜਨਾਬ। ਮੈਂ ਕਿਹਾ ਭਾਜੀ ਸੌਂ ਲੱਗੇ ਕੈਟਰੀਨਾ ਕੈਫ ਦੀ,
ਇੰਨਾ ਵਧੀਆ ਪ੍ਰੋਗਰਾਮ ਦੇਵਾਂਗੇ ਨਾ ਤੁਸੀਂ ਦੇਖਦੇ ਰਹਿ ਜਾਓਗੇ। ਭਾਜੀ ਤੁਸੀਂ ਕਦੇ ਸਾਡਾ ਪ੍ਰੋਗਰਾਮ ਦੇਖਿਆ ਨਹੀਂ, ਦੇਖੋਗੇ ਕਿ ਸਾਲਿਓ ਕਿਸੇ ਨੇ ਬੁੱਕ ਹੀ ਨਹੀਂ ਕੀਤਾ ਕਦੇ। ਪਰ ਮੇਰਾ ਮਤਲਬ ਭਾਜੀ ਬਹੁਤ ਵਧੀਆ ਪ੍ਰੋਗਰਾਮ ਕਰਾਂਗੇ। ਨੰਨੇ ਬਦਮਾਸ਼ ਨਾਲ ਗੱਲ ਕਰਾਓ। ਨੰਨਾ ਬਦਮਾਸ਼? ਉਹ ਭਾਜੀ ਕਿੰਨੇ ਵਾਰੀ ਕਿਹਾ ਨੰਨੇ ਬਦਮਾਸ਼ ਦਾ ਨੰਬਰ ਨਹੀਂ ਹੈ, ਨਹੀਂ ਹੈ, ਨਹੀਂ ਹੈ। ਇਹਦੀ ਭੈਣ ਦੇ ਨੰਨੇ ਬਦਮਾਸ਼ ਨੇ ਬੜਾ ਤੰਗ ਕੀਤਾ ਯਾਰ। ਜਿੱਦੇ ਦਾ ਫੋਨ ਲਿਆ ਨਾ ਸਾਲੇ ਨੰਨੇ ਬਦਮਾਸ਼ ਦੀ ਫੋਨ ਆ ਰਹੇ ਨੇ, ਆਪਣੇ ਪ੍ਰੋਗਰਾਮ ਦਾ ਕੋਈ ਫੋਨ ਹੀ ਨਾ ਯਾਰ। ਡਰਦੇ ਮਾਰੇ ਕਈ ਵਾਰੀ ਫੋਨ ਨੀ ਚੱਕਦੇ, ਤੁਸੀਂ ਬੰਦੇ ਚੱਕਣ ਦੀ ਗੱਲ ਕਰਦੇ ਹੋ। ਸੋਚ ਲਓ ਇਸ ਕੰਮ ਬਦਲੇ 5 ਲੱਖ ਰੁਪਏ ਮਿਲੇਗਾ। 5 ਲੱਖ? 5, 1, 2, 3, 4 ₹5 ਲੱਖ। 5 ਲੱਖ? 5 ਲੱਖ? ਉਹ ਕੀ ਦੱਸਾਂ ਯਾਰ, ਚਾਹ ਦੇ ਕੰਮ ਚੋਂ ਤਾਂ ਚਾਹ ਜੋਗੇ ਪੈਸੇ ਨਹੀਂ ਬਚਦੇ। ਮੈਂ ਤੇ ਹੁਣ ਪਾਰਟ ਟਾਈਮ ਬਦਮਾਸ਼ੀ ਸ਼ੁਰੂ ਕਰ ਲਈ ਆ। ਆ ਡਾਇਲੌਗ ਸੁਣ ਜਰਾ, ਓਏ ਬਿੱਲੇ ਦੇ ਖੌਫ ਤੋਂ ਸਾਰੀ ਦੁਨੀਆ ਥਰ ਥਰ ਕੰਬੂ ਥਰ ਥਰ। ਜਿੱਥੇ ਬਿੱਲਾ ਖੜ ਜੂ ਉੱਥੇ ਬਿੱਲਾ ਬਿੱਲਾ ਹੋ ਜਾਣੀ। ਸਤਿ ਸ਼੍ਰੀ ਅਕਾਲ ਭਾਜੀ, ਬਿੱਲਾ ਬਦਮਾਸ਼ ਜੀ, ਉਸਤਾਦ ਨਾਲ ਗੱਲ ਕਰਨੀ ਸੀ ਜੀ। ਆ ਜਾਓ, ਆਪਣੀਆਂ ਗੱਲਾਂ ਬਾਅਦ 'ਚ ਕਰਦੇ, ਪਹਿਲਾਂ ਗਾਹਕ ਵੇਖ ਲਈਏ। ਮੁੰਡੇ ਵੇਖਣ 'ਚ ਕਿਹੋ ਜਿਹੇ ਨੇ? ਬਿੱਲਾ ਭਾਜੀ, ਇਹ ਤਾਂ ਨਹੀਂ ਪਤਾ ਵੀ ਮੁੰਡੇ ਦਿਸਦੇ ਕਿੱਦਾਂ ਦੇ ਨੇ, ਪਰ ਇੰਨਾ ਪੱਕਾ ਪਤਾ ਵੀ ਉਹਨਾਂ ਦੀ ਫਲਾਈਟ ਭਾਜੀ ਸ਼ਾਮ ਨੂੰ 4 ਵਜੇ ਉਤਰਨੀ ਹੈ। ਭਾਜੀ ਹੈਗੇ ਮੁੰਡੇ ਝੱਲੇ ਨੇ, ਪਰ ਸਮਝਦੇ ਆਪਦੇ ਆਪ ਨੂੰ, ਬਹੁਤ ਜ਼ਿਆਦਾ ਸਮਾਰਟ ਨੇ ਭਾਜੀ। ਭਾਜੀ ਨਾਲੇ ਤੁਹਾਡਾ ਰੋਜ਼ ਦਾ ਕੰਮ ਹੈ, ਤੁਸੀਂ ਪਛਾਣ ਲੈਣੇ ਨੇ ਜਿਹੜੇ ਵੀ 2 ਮੁੰਡੇ ਝੱਲੇ 'ਚ ਲੱਗੇ ਫੈਂਟ ਦਿਓ ਬਸ। ਬਿੱਲਾ ਭਾਜੀ ਇਹੋ ਜਿਹੀ ਦਹਿਸ਼ਤ ਪਾਓ, ਇਹੋ ਜਿਹੀ ਦਹਿਸ਼ਤ ਪਾਓ ਵੀ ਮੁੰਡੇ ਆਸਟ੍ਰੇਲੀਆ ਵਾਪਸ ਚਲੇ ਜਾਣ। ਉਹ ਤੂੰ ਚਿੰਤਾ ਨਾ ਕਰ, ਦੁੱਧ ਪੱਤੀ ਵਾਂਗਰ ਫੈਂਟ ਦੇਵਾਂਗੇ। ਠੀਕ ਆ ਭਾਜੀ। ਰੁਪਈਆ ਲੱਗੂ 1 ਲੱਖ? ਕਿੰਨਾ? 50,000। 3500 ਰੁਪਏ ਕੰਮ ਚੱਲੂ ਭਾਜੀ। ਹੈਂ, 3500? ਠੀਕ ਹੈ, ਪਰ 500 ਰੁਪਈਆ ਪੈਟਰੋਲ ਦਾ ਐਕਸਟਰਾ ਲੱਗੂ। ਡਨ ਭਾਜੀ, ਡਨ। ਆਲੋ ਫੜੋ ਐਡਵਾਂਸ ਭਾਜੀ, 1 ਮਿੰਟ ਗਿਣ ਲਾ ਭਾਜੀ। ਆਲੋ ਫੜੋ ਪੂਰੇ 500 ਰੁਪਈਆ ਭਾਜੀ ਐਡਵਾਂਸ, ਤੇ ਹੁਣ ਕੰਮ ਹੋਣਾ ਚਾਹੀਦਾ ਬਿੱਲਾ ਭਾਜੀ। ਮੈਂ ਕਿਹਾ ਚਿੰਤਾ ਨਾ ਕਰੋ ਜੀ, ਕੰਮ ਤੁਹਾਡਾ ਹੋ ਜੂ, ਤੁਸੀਂ ਨਿਕਲੋ। ਠੀਕ ਆ ਭਾਜੀ, ਅਸੀਂ ਚੱਲਦੇ ਹਾਂ। 1 ਮਿੰਟ, ਚਾਹ ਦੇ 12 ਰੁਪਈਏ। 1 ਮਿੰਟ, 1 ਮਿੰਟ, ਆਲੋ ਫੜ ਜੀ, 12 ਰੁਪਏ ਚਾਹ ਦੇ। ਠੀਕ ਆ ਬਿੱਲਾ ਭਾਜੀ, ਚਲੋ ਚਲੋ ਨਿਕਲੋ ਨਿਕਲੋ, ਹੋਣਾ ਚਾਹੀਦਾ ਭਾਜੀ। ਉਹ ਨਿਕਲੋ ਨਿਕਲੋ, ਹੋ ਜੂਗਾ ਹੋ ਜੂਗਾ। ਜਦੋਂ ਵੀ ਸਾਡੇ ਕੋਲ ਕੋਈ ਕੇਸ ਆਉਂਦਾ ਨਾ, ਸਾਨੂੰ ਚਾਹ ਹੀ ਚੜ ਜਾਂਦਾ। ਐਵੇਂ ਨਹੀਂ ਲੋਕੀ ਸਾਨੂੰ ਕਹਿੰਦੇ, ਬਿੱਲਾ ਬਦਮਾਸ਼ ਚਾਹ ਵਾਲਾ। ਇਹ ਨਜ਼ਾਰੇ ਨਹੀਂ ਲੱਭਣੇ ਪੰਜਾਬ 'ਚ? ਪਤਾ ਮੈਨੂੰ, ਸੋਚਣਾ ਪੈਣਾ ਯਾਰ ਕੁਛ। ਸੋਚੋ ਸੋਚ ਲਿਆ, ਕੁਝ ਨਹੀਂ ਹੋ ਸਕਦਾ, ਜਾਣਾ ਪੈਣਾ। ਉਹ ਤਾਂ ਪਤਾ ਹੈ ਯਾਰ, ਨਾਲੇ 30 ਲੱਖ ਨਾ ਬਹੁਤ ਜ਼ਿਆਦਾ ਹੁੰਦੇ ਵੀ ਨਹੀਂ। ਹਾਂ ਯਾਰ, ਇਟਸ ਜਸਟ $60,000 ਮੈਨ। ਇਹਨੇ ਤਾਂ ਪਿਛਲੇ ਹਫ਼ਤੇ ਆਪਾਂ ਕਰਾਊਂਡ ਉਡਾਤੇ ਸੀਗੇ। ਤੇ ਜੇ ਆਪਾਂ ਉਡਾ ਸਕਦੇ ਨਾ ਤੇ ਕਮਾ ਵੀ ਸਕਦੇ ਆ। ਯਾ, ਯੂ ਰਾਈਟ। ਇਹਦਾ ਮਤਲਬ ਆਪਾਂ ਨੂੰ ਸੈਡ ਨਹੀਂ ਹੋਣਾ ਚਾਹੀਦਾ ਨਾ। ਸੈਡ ਫੋਰਵਰਡ ਮੈਨ, ਲੈਟਸ ਪਾਰਟੀ ਮੈਨ, ਪਾਰਟੀ, ਲੈਟਸ ਪਾਰਟੀ। ਹੋ ਬੇਬੀ ਦਿਸ ਬੇਬੀ ਡੈਡ, ਤੂੰ ਚੱਲਾ ਕਮਾ ਸੀ ਕੈਡ। ਬੇਬੀ ਦਿਸ ਬੇਬੀ ਡੈਡ, ਤੂੰ ਚੱਲਾ ਕਮਾ ਸੀ ਕੈਡ। ਸਾਨੂੰ ਰਿਪੀ ਯੂਜ਼ਾ Amen.
पले किन्ना घंट है वो मैं कहना पुछी ना यार बंब भी बुलाया पे ओए एयरपोर्ट है साले बंब की गल ना कर लग गया होना मेरा ख्याल 5-6 लाख रुपया तो एयरपोर्ट ही है वैसे एक गल है सोने कपड़े पाए फायदा किसी नहीं पता लगेगा आप आर्केस्ट्रा वाले यार मैनु कोई गड़बड़ लगती है मैनु भी लग रही है इधर देखी साले मैचिंग फड़ मैचिंग बस रजनीकांत हुण देखण लग गया वधिया हुण ठीक है पैसे भी तो देख 5 लाख गिन देता 50 बंदे का थुक मुक जाता है कमाल कितने पैसे ही है नहीं जज्जे भाई दे पिछले पैसे भी बकाया ने हले पहला तो दीदी के पर्स चो पैसे काट लैंदा सी हुण तो उन्हें भी पर्स लको लिया ओ खोला फिर किसे तो केड़ा ही है ओए लैतिया लगता ਬਣ ਗਈ ਗੱਲ ਫਿਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ ਪੰਜਾਬ ਭਾਜੀ ਹੱਥ ਦੇ ਜਰਾ ਆਜਾ ਭਾਈ ਫਿਰ ਆਪਣੇ ਕੋਲ 500 ਦਾ ਖੁੱਲਾ ਹੋਊਗਾ ਯਾਰ ਮੇਰੇ ਕੋਲ ਤਾਂ ਹੈ ਨਹੀਂ ਮੈਂ ਤਾਂ ਹੁਣੇ ਆ ਆਸਟ੍ਰੇਲੀਆ ਤੋਂ ਯਾਰ ਮੇਰੇ ਕੋਲ ਤਾਂ ਡਾਲਰ ਹੀ ਹੈ ਯਾਰ ਦਿਖਾਣਾ ਭਾਜੀ ਚੋ ਸਾਨੂੰ ਕੀ ਫਰਕ ਪੈਂਦਾ ਆਪਾਂ ਤਾਂ ਖੋ ਕੇ ਭੇਜਣਾ ਵੈਲਕਮ ਟੂ ਪੰਜਾਬ ਸਰ दीदी नशे वेचण वाला मैं मना किया मैं नशे नहीं लाने मेरी दीदी ने मना किया पर फिर भी ਜਾਂਦੇ ਹੀ ਪੈਰੀ ਪੈ ਜਾਣਾ ਬਸ ਡਰ ਗਏ ਉਹ ਡਰ ਗਏ ਕਿਉਂ ਗਿੱਠੇ ਗਿੱਠੇ ਕੁੱਟਾਂਗੇ ਉਹਨਾਂ ਦੇ ਇਹ ਨਹੀਂ ਬਾਹਰ ਆਉਂਦੇ ਕੱਢਣੇ ਹੀ ਪੈਣੇ ਆ ਖੜ ਜਾ ਉਹ ਆ ਗਿਆ ਦੂਜਾ ਵੀ ਹਾਂ ਆ ਜਾ ਚਲੋ ਭਾਜੀ ਚਲੋ ਬਸ ਮੇਰੇ ਗਲੇ ਦਾ ਵਿਚਾਰ ਰੱਖਿਓ ਪਹਿਲੀ ਬੈਠਾ ਰਹਿੰਦਾ ਤਾਂ ਉਹ ਪਹਿਲਾਂ ਬੋਲੀਦਾ ਨਹੀਂ ਫੇਰ ਪਿੱਛੇ ਹਟੀਦਾ ਨਹੀਂ ਜਦੋਂ ਪੰਗਾ ਪੈ ਜਾਵੇ ਜਦੋਂ ਪੰਗਾ ਪੈ ਜਾਵੇ ਜਦੋਂ ਪੰਗਾ ਪੈ ਜਾਵੇ ਓਏ ਪੰਗਾ ਤੇ ਪੈ ਗਿਆ ਭਾਜੀ ਤੁਹਾਡੀ ਤਰੀਫ ਓਏ ਜਿੰਨੀ ਮਰਜ਼ੀ ਕਰ ਲਓ ਭਾਜੀ ਮਾਤਰ ਜਾ ਕੇ ਚੜਾ ਲਿਆ ਛਤਰ ਕਮਾਲ ਹੈ ਯਾਰ ਬੱਜ ਤੂੰ ਇੱਥੇ ਬੈਠਾ ਕਰਦਾ ਵੇ ਟੈਨਸ਼ਨ ਲੈ ਰਿਹਾ ਜੀ ਮਾਲ ਕੌਣ ਹੈ ਤੁਸੀਂ ਫਿਰ ਆ ਕੁਰਸੀ ਵਾਲੀ ਟੈਨਸ਼ਨ ਮੈਂ ਲੈਣਾ ਤੂੰ ਗੇੜੇ ਵਾਲੀ ਲੈ ਠੀਕ ਹੈ ਖੜਾਓ ਕਮਾਲ ਹੈ ਬੈਠੋ
ਗਿੜੇ ਤੇਜ ਲਾ ਓ ਇੱਕ ਮਾਤਾ ਦੇ ਭਗਤ ਜੀ ਨੇ ਕੁੱਟਿਆ ਪੂਰੀ ਤਸੱਲੀ ਨਾਲ ਮੈਨੂੰ ਵੀ ਬਿੱਲਾ ਭਾਈ ਦਾ ਫੋਨ ਚੁੱਕੋ ਹੈਲੋ ਬਿੱਲਾ ਭਾਜੀ ਸਤਿ ਸ਼੍ਰੀ ਅਕਾਲ ਉਹ ਕੰਮ ਹੋ ਗਿਆ ਪੈਸੇ ਤਿਆਰ ਰੱਖੋ ਕੰਮ ਹੋ ਗਿਆ ਥੈਂਕ ਯੂ ਭਾਜੀ ਪੈਸੇ ਤਿਆਰ ਨੇ ਜਦੋਂ ਮਰਜ਼ੀ ਚੱਕੋ ਉਹ ਨਹੀਂ ਨਹੀਂ ਅੱਜ ਨਹੀਂ ਅੱਜ ਜਾਣਾ ਮੱਥਾ ਟੇਕਣ ਮਾਤਾ ਰਾਣੀ ਨੂੰ ਪ੍ਰਸ਼ਾਦ ਚੜਾਉਣ ਭਾਜੀ ਕੋਈ ਚੱਕਰ ਨਹੀਂ ਪੈਸੇ ਕੱਲ ਨੂੰ ਲੈ ਲਿਓ ਥੈਂਕ ਯੂ ਭਾਜੀ ਥੈਂਕ ਯੂ ਸੋ ਮੱਚ ਓਕੇ ਓਕੇ ਬਿੱਲਾ ਭਾਜੀ ਥੈਂਕ ਯੂ ਲੈ ਬਾਈ ਅੱਜ ਆਪਾਂ ਮਹਿੰਗੇ ਵਾਲੀ ਅੰਗਰੇਜ਼ੀ ਦਾ ਰੂ ਪੀਵਾਂਗੇ ਜੈ ਮਾਤਾ ਜੀ ਚੱਕਦੇ ਥੋੜਾ ਉੱਚਾ ਚਾਨਣ ਮਿਲ ਜੂ ਕੱਦ ਛੋਟਾ ਯਾਰ ਸਪਨਾ ਲੜਦੇ ਕੋਈ ਲੈ ਨਹੀਂ ਸੋਚ ਸੱਚ ਆਏ ਆਏ ਬੇਬੇ ਆਏ ਰੱਬਾ ਸਾਲੇ ਨੇ ਪੋਲਾ ਪੋਲਾ ਮਾਸ ਦੇਖ ਦੇ ਕੇ ਕੁੱਟਿਆ ਉਹ ਤੇਰਾ ਨਹੀਂ ਕਸੂਰ ਸਾਲਿਆ ਟੁੰਟਣ ਵਰਗ ਦਾ ਪੈ ਓਏ ਬਹਿ ਜੇ ਬੇੜਾ ਮੇਰੇ ਆਪ ਤਿਉਰਿਆ ਆਏ ਦੋ ਬੰਦੇ ਆ ਗਿਆ ਸਾਹਮਣੇ ਕੱਲੇ ਹੀ ਆ ਇਨਸਾਫ਼ ਹੈ ਕੋਈ ਵੀ ਆਪਾਂ ਕੱਲੇ ਬੰਦੇ ਨੂੰ ਦੋ ਬੰਦੇ ਕੁੱਟਦੇ ਸੋਹਣੇ ਲੱਗਦੇ ਆ ਮੈਂ ਤਾਂ ਸਤਿਕਾਰ ਵਜੋਂ ਹੀ ਕੁੱਟ ਖਾਈ ਗਿਆ ਬਹੁਤ ਨਾ ਤੂੰ ਲੈ ਬਾਈ ਡਟੋਲ ਲਾ ਦੇ ਤੇਰੇ ਵੀ ਲਾਵਾਂ ਥੋੜਾ ਥੋੜਾ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਆਏ ਸਾਲਿਆਂ ਨੇ ਬਹੁਤ ਕੁੱਟਿਆ ਓਏ ਬਾਲਾ ਕੁੱਟਿਆ ਆਏ ਬੇਬੇ ਓ ਬੇਬੇ ਜੋ ਗੱਲ ਯਾਦ ਆਈ ਆ ਮੈਂ ਘਰੇ ਜਾ ਕੇ ਬੇਬੇ ਜੀ ਨੂੰ ਕੀ ਕਹੂੰਗਾ ਸਾਲਿਆਂ ਬੇਬੇ ਨੂੰ ਬੇਬੇ ਹੀ ਕਹੇਗਾ ਹੋਰ ਕੁੱਟ ਖਾਣ ਤੋਂ ਬਾਅਦ ਸਾਲਿਆ ਬੇਬੇ ਭੂਆ ਬਣ ਗਈ ਤੇਰੇ ਭੂਆ ਬਣ ਗਏ ਹੋਰ ਹੀ ਮਾਰੀ ਨਾ ਗੱਲਾਂ ਮੈਂ ਵੀ ਜੇ ਬਚਪਨ ਚ ਬੇਬੇ ਦੀ ਗੱਲ ਸੁਣੀ ਹੁੰਦੀ ਨਾ ਤਾਂ ਮੈਨੂੰ ਅੱਜ ਆ ਦੇ ਨਾ ਦੇਖਣੇ ਪੈਂਦੇ ਬੇਬੇ ਕਹਿੰਦੀ ਕੀ ਸੀ ਸਾਲਿਆ ਸੁਣੀਏ ਨੀ ਗੱਲ ਇੱਥੇ ਨਾ ਮਾਰ ਇੱਥੇ ਮਾਰ ਮਾਰ ਤਾਂ ਸਾਲਿਆ ਨੇ ਮੇਰਾ ਹੰਸ ਤਾਰਤਾ ਸਾਲਿਆ ਇੱਧਰ ਦੇਖ ਮੇਰਾ ਸਰਦੂਲ ਸਿਕੰਦਰ ਵੀ ਤੋੜਤਾ ਦੁਰਬੇਟੇ ਮੁਤਰੇ ਹੋਰ ਹੀ ਮਾਰੀ ਨਾ ਗੱਲਾਂ ਬਤਾ ਤੂੰ ਫੋਨ ਆ ਗਿਆ ਬਾਈ ਤੇਰਾ ਪ੍ਰੋਗਰਾਮ ਹੈ ਬੁੱਕ ਕਰ ਮੈਂ ਕਿਹਾ ਕਰ ਲਿਆ ਸਾਲਿਆ ਓਏ ਕੀ ਹੈ ਬੁੱਕ ਓਏ ਬੁੱਕ ਨਹੀਂ ਕਿਹਾ ਪ੍ਰੋਗਰਾਮ ਲਿਖ ਕੇ ਬੁੱਕ ਕਰ ਲੈ ਚੱਕ ਲੈ ਕੱਟ ਜੂ ਬੁੱਕ ਨੰਬਰ ਵੀ ਨਹੀਂ ਦਿੰਦਾ ਹੈਲੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਕਰੋ ਰੰਗਲਾ ਪੰਜਾਬ ਆਰਕੈਸਟਰਾ ਤੋਂ ਕਾਲ ਅਰਜ ਕਰ ਰਿਹਾ ਜਨਾਬ ਹਾਂ ਆਸਟ੍ਰੇਲੀਆ ਤੋਂ ਬੋਲ ਰਿਹਾ ਮੈਂ ਕੰਮ ਹੋ ਗਿਆ ਭਾਜੀ ਅੱਜ ਤੁਸੀਂ ਸਾਡੇ ਨਾਲ ਚੰਗੀ ਨਹੀਂ ਕੀਤੀ ਚੰਗੀ ਨਹੀਂ ਕੀਤੀ ਭਾਜੀ ਕਹਿ ਕੇ ਦੋ ਬੰਦੇ ਭੇਜਦੇ ਭਾਜੀ ਤਿੰਨ ਤੁਸੀਂ ਉਹ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਬੰਦੇ ਦੋ ਸੀ ਤੀਜਾ ਕਿੱਥੋਂ ਆ ਗਿਆ ਨਹੀਂ ਨਹੀਂ ਭਾਜੀ ਤਿੰਨ ਜਣੇ ਸੀ ਨਾਲ ਉਹਨਾਂ ਦਾ ਬੋਡੀ ਗਾਰਡ ਵੀ ਸੀ ਭਾਜੀ ਮੈਂ ਕਹਿੰਦਾ ਉਹਨਾਂ ਦੇ ਬੋਡੀ ਗਾਰਡ ਨੇ ਸਾਡੀ ਐਸੀ ਬੋਡੀ ਦੀ ਧੁਆਈ ਕੀਤੀ ਸਾਨੂੰ ਕੋਈ ਚੀਜ਼ ਨਜ਼ਰ ਨਹੀਂ ਆਈ ਉਹ ਯਾਰ ਰਹਿੰਦੋ ਤੁਹਾਡੇ ਤੋਂ ਨਹੀਂ ਕੰਮ ਨਾ ਰਹਿੰਦੋ ਪਰ ਇੱਕ ਮੌਕਾ ਦਿਓ ਭਾਜੀ ਸਾਨੂੰ ਮੌਕਾ ਚਾਹੀਦਾ ਇੱਦਾਂ ਸਾਡੀ ਰੋਜੀ ਰੋਟੀ 'ਚ ਲੱਤ ਨਾ ਮਾਰੋ ਤੁਸੀਂ ਮੌਕਾ ਬੰਦ ਹੈ ਪਲੀਜ਼ ਇੱਕ ਮੌਕਾ ਦਿਓ ਲਾ ਲਈਏ ਇਹ ਯਾਰੀਆਂ ਫਿਰ ਲਾ ਕੇ ਤੋੜ ਨਿਭਾਈਏ ਨੀ ਉਸਤਾਦ ਜੀ ਆ ਲਓ ਅੰਗਰੇਜ਼ੀ ਖੋਲੋ ਹੈਲੋ ਜੀ ਬਣਾਓ ਪਟਿਆਲਾ ਉਸਤਾਦ ਜੀ ਪਟਿਆਲਾ ਜੀ ਦੱਸ ਦਿਓ ਬਸ ਕਰ ਹੁਣ ਬਠਿੰਡੇ ਪਹੁੰਚਾਉਣਾ ਮੈਨੂੰ ਪੜਾਓ ਹੈਲੋ ਜੀ ਪਾਣੀ ਪਾਓ ਹੈਲੋ ਹੈਲੋ ਬੈਸ ਚੀਅਰਸ ਉਸਤਾਦ ਜੀ ਮੇਰਾ ਪੈਗ ਮਾਲਕ ਕੌਣ ਹੈ ਤੁਸੀਂ ਬਸ ਫਿਰ ਪਹਿਲਾ ਪੈਗ ਮਾਲਕ ਕੱਲੇ ਲਾਉਣਗੇ ਉਸਤਾਦ ਜੀ ਆਹ ਬਾਹਰ ਗੱਡੀ ਰੁਕਣ ਦੀ ਆਵਾਜ਼ ਨਹੀਂ ਆਈ ਪੈਗ ਤੁਸੀਂ ਲਾਇਆ ਨਹੀਂ ਕਰ ਤੇਰੇ ਪਹਿਲਾਂ ਹੀ ਬੋਲਣ ਲੱਗੇ ਇੱਕ ਮਿੰਟ ਮੈਂ ਹੁਣੇ ਚੈੱਕ ਕਰਕੇ ਆਉਂਦਾ ਛੇਤੀਆ ਜੀ ਨਹੀਂ ਕਿਤੇ ਦੂਜਾ ਪੈਗ ਵੀ ਮਾਲਕਾਂ ਨੂੰ ਕੱਲੇ ਲਾਉਣਾ ਪੈ ਜੇ ਲਾ ਲਈਏ ਇਹ ਤੇਰਾ ਨਾਮ ਸ਼ੇਰੂ ਹੈ ਉਸਤਾਦ ਜੀ ਦਾ ਨਾਮ ਹੈ ਸ਼ੇਰੂ ਦੱਸੋ ਜਾ ਆਪਣੇ ਉਸਤਾਦ ਨੂੰ ਕਿਹਾ ਸਾਡਾ ਗੱਡੀ 'ਚ ਸਮਾਨ ਕੱਢੇ ਓ ਹੈਲੋ ਇਸ ਤਰ੍ਹਾਂ ਤਾਂ ਮੇਰੇ ਨਾਲ ਕਦੇ ਬਰਾੜ ਸਾਹਿਬ ਨੇ ਗੱਲ ਨਹੀਂ ਕੀਤੀ ਫਿਰ ਆਦਤ ਪਾ ਲਾ ਬਰਾੜ ਸਾਹਿਬ ਦੇ ਮੁੰਡੇ ਥੋੜੇ ਬਦਤਮੀਜ਼ ਨੇ ਮਾਲਕੋ ਮੇਰੀ ਮੋਤੀ ਵਾਲੀ ਸਰਕਾਰ ਕੀ ਹਾਲ ਚਾਲ ਹੈ ਤੁਹਾਡਾ ਮੈਨੂੰ ਦੱਸੋ ਸਮਾਨ ਕਿੱਥੇ ਪਿਆ ਮੈਂ ਲੈ ਕੇ ਆਉਣਾ ਇਹ ਦਾਰੂ ਰੋਜ਼ ਇਦਾਂ ਹੀ ਚੱਲਦੀ ਇੱਥੇ ਨਹੀਂ ਭਾਜੀ ਇਹ ਤਾਂ ਬਸ ਤੁਹਾਡੇ ਆਉਣ ਦੀ ਖੁਸ਼ੀ 'ਚ ਸਾਲਾ ਵੇਟ ਕਰ ਲੈਣੀ ਸੀ
ਪਹਿਲਾਂ ਹੀ ਡੱਫਣ ਬਹਿ ਗਏ ਤੁਸੀਂ ਭਾਜੀ ਤੁਹਾਡਾ ਸਮਾਨ ਕਿੱਥੇ ਪਿਆ ਬਾਹਰ ਬਹਿ ਗੱਡੀ ਚ ਓ ਇੱਧਰ ਦੇ ਇਹ ਕੌਣ ਨੇ ਤੁਹਾਡੇ ਪੜਦਾਦਾ ਜੀ ਤੇ ਆਹ ਕੌਣ ਨੇ ਤੁਹਾਡੇ ਦਾਦਾ ਜੀ ਤੇ ਆਹ ਇਹ ਉਸਤਾਦ ਜੀ ਆਪ ਬਾਕੀ ਜੀ ਜਗ੍ਹਾ ਖਾਲੀ ਪਈ ਸੀ ਬੁਰੀ ਲੱਗਦੀ ਸੀ ਕੋਈ ਗੱਲ ਨਹੀਂ ਜੀ ਗੱਲ ਲਾ ਦਿੰਦੇ ਗੱਲ ਨਹੀਂ ਹੁਣੇ ਹੁਣੇ ਰੱਖ ਕੇ ਜੀ ਚਲੋ वेख भी शेरू डैड ने रखी है शर्त 30 लाख रुपया कमाना एक महीने च ते तू हैगा लोकल बंदा हुण तू मदद करनी साडी पाजी कोई चक्कर नहीं खड़े तू तो बैठा है ओ उदा नहीं खड़ा यार अपनी स्पोर्ट च खड़ा 30 लाख उस्ताद होना 30 करोड़ कमाए होए जी चबड़ा खाली ज्यादा ओवर फ्रैंक होने की लोड़ नहीं तुम दसा मैं आ कुड़ी कौन केड़ी कुड़ी आ जड़ी लंघ के गई है ओ बैग पाया उन्हें कोई कुड़ी नहीं थे मुड़ी लंघी यार ओ पाजी कोई कुड़ी नहीं थे एक मिनट तने लीजा देखी ना ओ लीजा नहीं यार मैं तू लीजा बारे गल नहीं करनी ओ लीजा बारे गल नहीं करनी यार मैं दूजी पागल है तू यार रोली लीजा चुप पता की है बत्तियां बुझाई रखना एंजॉय करो डांस बत्तियां बत्तियां बुझाई रखना बत्तियां बुझाई रखना शुक्र है शुक्र कहता हुए मैं लगता पटाका ही पै गया मैं पता करके आना मेरा क्या हुआ क्या हुआ मेरा क्या हुआ क्या हुआ ओ कुड़ी कौन है हैं कुड़ी पौड़ियाँ दे मोमबत्ती बढ़िया उन्हें हाँ इन्हें मतलब ओ गल सच निकली केड़ी गल ओ माय गॉड बैठो 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 ओ ये तो बहुत ही ट्रेजिक स्टोरी है भाई साहब मैं तो तुम्हें दस दा बहुत ही ट्रेजिक स्टोरी है दादा जी बहुत फास्ट पौड़ी चढ़े ने ना साले इन्नी फास्ट दादा जी शक्ति कुड़ी बने रहते कुड़ी कहनी की कहनी ना हाँ थोड़ी दादा जी ओबेसली कहते हाँ कुड़ी फिर कहनी ना थोड़ी दादा जी फिर कहते साले तू साडे वाला पुता वाला तोड़ी वाला उन गलते सीधे पासे कर कुड़ी मर गई डेड सैड
किस दवाई? तुहानू डर दी कोई लोड़ नहीं, पूछो क्यों 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 के पूता हम ये ही नहीं यार, तूने कितनी बुला ले यार, अब बन जाना यार, फिर पहली यार अब बन जाना यार, मेरी बात सुनो, टैक्सी ने हुण नहीं मिलना, तुसी अज दा दिन इस कमरे च कट लो, मैं बाहरों कुंडी ला देना, मनो मेरी गल ठीक है? सुनिया ब्याह करवा के वे सानू मिलदा गिलदा रही, दुध ले लो भाजी। ओ की गल तुसी सीधे ही उठे फिरदे हो? उठे फिरदे हो? उठदा ओ जिहड़ा सौंदा, अहीं ते एक मिंट नहीं सुते सारी रात। मैं सारी रात दरवाजे नाल जुड़ के बैठा रहा, मैं का कोई भूत ना आ जाए। ओ दरवाजे नाल तू हां? होर मैं डर देने उधर मुंह नहीं कीता भी पता नहीं की चीज आ। बह भाजी डरन दी कोई लोड़ नहीं, मैं सुनया भी चनेलां बंदे नूं ज्यादा नुकसान नहीं पहुंचाउंदियां हुंदियां। ओ तू रहन दे भरा, तू साडे रहन दा इंतजाम कर दे, गड्डी अहीं बुला ली आ। अच्छा फिर आपां ऐ करदे आ, तुहाडा इंतजाम आपां प्रेम दा गेस्ट हाउस पुराने बस अड्डे कोले उथे कर दिए। कर दे भाई जी। ओ आ गई, चल भाई जी। सब तो पहला मेरे वालों तुहानू सत श्री अकाल है, और सुनाओ की हाल है? तुसी मेरा नंबर डायल कीता, मेरे मोबाइल ते रिंग बजी ते हाजिर हो गया नुस्खियां वाला जग्गी। सब तो पहला ये दसो भी हाजमा ठीक है? हाजमा मेरा बहुत वधिया। अच्छा आप चलिए। ठीक है जी। चड़ेल तो खेड़ा छुट्टिया, भूत चिंबड़ गया। हैं की भाई जी भूत चिंबड़ गया? ओहो भूत दा इलाज ते बाबा टलियां वाला कर सकदा, साडी पहुंच ते हाजमे तक ही आ। ओ आपा चलिए भरावा। हां ठीक है जी, ठीक है, बस अड्डे लगे जाना ही। चूसन वाली गोलियां कफ सिरप है वो दे दो। ना तो अंकल नूं खोता समझिया। दे दो जा पहले डॉक्टर को पर्ची लैके आ, फिर दवांगे तैनूं खंघ दी पीण वाली दवाई। आओ जी भाजी आओ आओ। राती यार बहुत ज्यादा दर्द हो गई, कोई हैंगओवर दी दवाई है थोड़े कोल दो यार? की हो गया यार पंजाब नूं, कोई नशे करने वास्ते खंघ वाली दवाई मंगदा है ते कोई नशे उतारने वास्ते टेबलेट्स मंगदा है? यार अपन मिले किते? नहीं भाजी नहीं। सिडनी मेलबर्न पढ़दा? मेलबर्न तू? ओ किथे भाजी, इत्थे दमोरिया पुल थल्ले बैठा हुंदा है, उत्थे किते देखिया ना तुसी? नहीं भाजी मैं बटवा भी खो के नहीं भज्जा सी। मिन्नी कदों तक अपनी ताई दीआं गल्लां सुनी जाएंगी? मैं तो कहनी हाँ कोई चंगा जा कर दे ते व्याह करा ले। नहीं प्रीतो, मैं अपने छोटे भरा नूं लैके चिंता च रहनी हाँ, वो शरीफ है, बस उसकी संगत माड़ी है, सोचती हूँ उन्हें किसी बाहरले मुल्क भेज दा, घट्टो घट संगत तो चंगी मिलू उत्थे। वो तो नशे छड़ना चाहता है, बस वो नशे बेचने वाले उन्हें नहीं छड़दे। मिन्नी वो तेरा भरा लट्टू ही है ना, ये भज्जी क्यों जा रहा है? हाँ तो वो पिछे कौन भज रहा? वो मर जाना नशे बेचने वाला, कितने मेरी डांग? चल चल खड़ मैं जरा गाता वर्दी हूँ मैं खड़ जा खड़।
ਕਰ ਯਾਰ ਮੇਰਾ ਅੱਗੇ ਸਿਰ ਦੁਖੀ ਜਾਂਦਾ ਸਿਰ ਦੁਖਦਾ ਤੇ ਗੋਲੀ ਗਾਲੀ ਖਾਓ ਕਿਹੜੀ ਗੋਲੀ ਖਾਣਾ ਯਾਰ ਗੋਲੀ ਖਾਣੀ ਤੇ AK-47 ਦੀ ਖਾਓ ਓ ਮਾਫ ਕਰ ਯਾਰ ਦਨਾਲੀ ਦੀ ਖਾਓ ਇਹਨਾਂ ਗੋਲੀਆਂ ਨਾਲ ਬੰਦਾ ਹੀ ਨਹੀਂ ਜਿੰਦਾ ਰਹਿੰਦਾ ਤੇ ਸਿਰ ਦਰਦ ਕਿੱਥੋਂ ਰਹਿ ਜਾਊਗਾ ਤੇ ਉਹ ਕੁੜੀ ਇਹਨੂੰ ਸਾਲਾ ਕਹਿੰਦੇ ਚੜੇ ਨੇ ਸ਼ੇਰੂ ਇਸ ਘਰ ਚ ਕੋਈ ਕੁੜੀ ਨਹੀਂ ਰਹਿੰਦੀ ਹੈਨਾ ਸੱਪ ਛੱਡ ਉੱਤੇ ਸਭ ਤੋਂ ਭਾਜੀ ਮੈਨੂੰ ਬਹੁਤ ਡਰ ਲੱਗਦਾ ਸਪਨਾ ਸਭ ਤੋਂ ਭਾਜੀ ਛੱਡ ਦੇ ਸਾਲਾ ਸਾਨੂੰ ਝੂਠ ਮਾਰਦਾ ਭਾਜੀ ਤੁਸੀਂ ਕੁੜ ਦੇ ਘੱਟੋ ਡਰਾਉਣੇ ਜਾਂਦੇ ਹੋ ਡਰਾਉਣਾ ਹੈ ਕੁੜ ਦਾ ਘਾਟਾ ਮੈਂ ਹੋਏ ਅੱਖੀਆਂ ਚ ਰੱਬ ਵਸਦਾ ਖੋਰੇ ਕਿਸ ਵਿੱਚ ਨਜ਼ਰੀਆਂ ਵੇ ਮੌਲਾ ਜਾਣੇ ਭਾਜੀ ਮੇਰੀ ਗੱਲ ਤਾਂ ਸੁਣ ਲਓ ਭੌਂਕ ਭਾਜੀ ਜਿਹੜੀ ਆ ਕੋਠੀ ਆ ਨਾ ਇੱਥੇ ਕੋਈ ਆਉਂਦੇ ਆਉਂਦਾ ਨਹੀਂ ਸੀ ਖਾਲੀ ਪਈ ਸੀ ਮੈਂ ਕਿਹਾ ਚਲੋ ਕੁੜੀਆਂ ਨੂੰ ਕਿਰਾਏ 'ਤੇ ਚੜਾ ਦਈਏ ਜੇ ਭਾਜੀ ਤੁਸੀਂ ਕਹਿੰਦੇ ਆਪਾਂ ਸਮਾਨ ਚੱਕ ਕੇ ਬਾਹਰ ਮਾਰਦੇ ਹਾਂ ਅੱਧੇ ਘੰਟੇ 'ਚ ਕੋਠੀ ਖਾਲੀ ਚਾਹੀਦੀ ਸਾਨੂੰ ਸਮਝੇ ਠੀਕ ਹੈ ਛੋਟੇ ਹਾਂ ਰਹਿ ਲੈਂਦੇ ਯਾਰ ਕੁੜੀਆਂ ਨੂੰ ਕਿਉਂ ਦਿਲ ਲੱਗਾ ਰਹੂਗਾ ਬਸ ਉਹਨਾਂ ਨੂੰ ਇਹ ਦੱਸ ਦੇ ਇਸ ਘਰ ਦਾ ਅਸਲੀ ਮਾਲਿਕ ਕੌਣ ਹੈ ਬਦਤਮੀਜ਼ ਨਾ ਹੋਵੇ ਤਾਂ ਸ਼ੇਰੂ ਜੀ ਕੀ ਹੋਇਆ ਕੁਛ ਨਹੀਂ ਉਹ ਮੁੰਡੇ ਕੌਣ ਸੀ ਕਿਹੜੇ ਮੁੰਡੇ ਉਹ ਜਿਹੜੇ ਪੌੜੀਆਂ 'ਚ ਸੀ ਅੱਛਾ ਤੁਸੀਂ ਤਾਂ ਕਿਹਾ ਸੀ ਇੱਥੇ ਸਿਰਫ ਕੁੜੀਆਂ ਰਹਿ ਸਕਦੀਆਂ ਨੇ ਅੱਛਾ ਆਹ ਮੁੰਡੇ ਦੀ ਗੱਲ ਕਰਦੇ ਹੋ ਹਾਂਜੀ ਇੱਧਰੋਂ ਮੈਂ ਦੱਸਦਾ ਤੁਹਾਨੂੰ ਆ ਜਾਓ ਬੈਠੋ ਬੈਠੋ ਬਹੁਤ ਹੀ ਸੈਡ ਸਟੋਰੀ ਹੈ ਵਿਚਾਰੇ ਦੋਨਾਂ ਦੀ ਇਹਨਾਂ ਦਾ ਪਿਓ ਬਹੁਤ ਵੱਡਾ ਜਵਾਰੀ ਸੀ ਤੇ ਜਿਹਦੇ ਵਿੱਚ ਆ ਕੋਠੀ ਆ ਗਿਆ ਤੇ ਮੈਂ ਖਰੀਦ ਲਈ ਬਸ ਫਿਰ ਉਸ ਤੋਂ ਬਾਅਦ ਇਹ ਦੋਨੇ ਜਾਣੇ ਇਹੋ ਜਿਹੇ ਸਦਮੇ ਚਲੇ ਗਏ ਜਾਣੇ ਦੀ ਦਿਮਾਗੀ ਸੰਤੁਲਨ ਪਾਗਲ ਹੋ ਗਏ ਹੋਰ ਕੀ ਇਹਦਾ ਵੱਡਾ ਨਹੀਂ ਉਹਦੇ ਨਾਲ ਤਾਂ ਬਹੁਤ ਹੀ ਮਾੜੀ ਹੋਈ ਪੈਸਾ ਤਾਂ ਹਾਰ ਗਿਆ ਤੇ ਇਹਦੀ ਇੱਕੋ ਇੱਕ ਇਕਲੌਤੀ ਗਰਲਫ੍ਰੈਂਡ ਸੀ ਉਹ ਤੋਂ ਵੀ ਭੱਜ ਗਈ ਹੋਰ ਕੀ ਅੱਜ ਵੀ ਲੰਘਦੇ ਵੜਦੇ ਕਦੇ ਕਵਾਰ ਨਾ ਇਸ ਕੋਠੀ 'ਚ ਵਿਚਾਰੇ ਆ ਜਾਂਦੇ ਨੇ ਤੇ ਹੁਣ ਵੀ ਆਪਦੇ ਆਪ ਨੂੰ ਇਸ ਕੋਠੀ ਦੇ ਮਾਲਕ ਸਮਝਦੇ ਨੇ ਕੱਲ੍ਹ ਨੂੰ ਮੈਨੂੰ ਨੌਕਰ ਵੀ ਕਹਿਣਗੇ ਹੁਣ ਇਹਨਾਂ ਦੇ ਕਹਿਣ ਨਾਲ ਮੈਂ ਨੌਕਰ ਬਣ ਥੋੜ੍ਹੀ ਚੱਲਿਆ ਨਹੀਂ ਸ਼ੇਰੂ ਜੀ ਤੁਸੀਂ ਤਾਂ ਬਹੁਤ ਸਵੀਟ ਹੋ ਗੋਡ ਰੱਬ ਚੰਗੇ ਲੋਕਾਂ ਨਾਲ ਮਾੜਾ ਕਿਉਂ ਕਰਦਾ ਹੈ ਆਪਾਂ ਸਾਰਿਆਂ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਹਨਾ ਸ਼ੇਰੂ ਜੀ ਹੁਣ ਤੱਕ ਤਾਂ ਮੈਂ ਤੁਹਾਨੂੰ ਪਿਆਰ ਕਰਦੀ ਸੀ ਪਰ ਅੱਜ ਤੋਂ ਬਾਅਦ ਮੈਂ ਤੁਹਾਨੂੰ ਰੱਬ ਸਮਝਾਂਗੀ ਪੱਕੀ ਗੱਲ ਹੈ ਆਹੋ ਤੇ ਸੱਚਾਈ ਪਤਾ ਲੱਗਦਿਆਂ ਜੁੱਤੀਆਂ ਵੀ ਬਹੁਤ ਫੇਰੇਂਗੀ ਰੱਬ ਨੇ ਜਿੱਤਾ ਜੀ ਰੱਬ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿਸ ਘਰ ਦਾ ਅਸਲੀ ਮਾਲਿਕ ਮੈਂ ਮੇਰਾ ਮਤਲਬ ਅਸੀਂ ਦੋਵੇਂ ਇਸ ਘਰ ਦੇ ਮਾਲਕ ਹਾਂ
ते शेरू साडा नौकर सानू पता है कौन नौकर है कौन मालिक है ते किदा दिमाग खराब है ओ कुछ नहीं पाजी तुसी आपदी गल करो मैं कह रहा सी क्यों ना इस नवी दोस्ती दे ना एक पार्टी हो जाए लेट्स पार्टी हां नाले में किते पढ़िया से के डांस करना बहुत बढ़िया थेरेपी है अच्छा फिर दसो तानू किथे लेके चलिए धूम्रपान और मदिरापान स्वास्थ्य के लिए हानिकारक है स्मोकिंग एंड कंजम्पशन ऑफ अल्कोहल आर इंजूरियस टू हेल्थ वधिया कौन था ना बहुत वधिया मैं थानू एक गल पूछूं हां जी थोड़े लाइक हॉबीज की ने हॉबीज से बहुत सी पर हम कुछ करनो दिल ही नहीं करता पर ये तो गलत है ना किसी ने छोड़ के चले जाना जिंदगी नहीं खत्म हो जाती की मतलब मतलब कि मेनू पता है कितना मुश्किल हुंदा अपना पास बुलाना पर पिछला पुल के नवे रिश्ते जोड़ने की कोशिश करो लाइक पता नहीं बस हैप्पी हैप्पी रहो सुनिए कुड़ियां दा तुम दिमाग खाली हैंदा हां कुछ नहीं जल्दी से माइंड ना करो मैं तुम्हें सवेर नु कितने लेके जाना चाहनी हां मैं कदर नहीं माइंड करना ले चलो हां और ओके फिर 9 बजे तैयार रहो ठीक है नल में जो किया ना उस पे गौर करो कुछ नहीं होया पुल जाओ पर की बोल जा ओ हेलो ਕਿੱਥੇ ਲੈ ਕੇ ਜਾ ਰਹੀ ਹੈ ਉਹਦੀ ਮਰਜ਼ੀ ਹੈ ਸਾਨੂੰ ਇਹ ਫਾਲਤੂ ਕੰਮ ਛੱਡ ਕੇ ਨਾ ਸੋਚ ਰਹੇ ਸੀ ਸਾਨੂੰ ਪੈਸੇ ਕਿੱਦਾਂ ਕਮਾਉਣੇ ਹੈ 5 ਦਿਨ ਲੰਘ ਗਏ ਸੌਰੀ ਯਾਰ ਸੌਰੀ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਜਾਣਾ ਹੀ ਨਹੀਂ ਉਹਦੇ ਨਾਲ ਯਾਰ ਦੈਟਸ ਲਾਈਕ ਮਾਈ ਬ੍ਰੋ ਮੈਨ That's like my big bro. करना की है मैंने ये दस। आपा उन बस ना पैसे कमाने वाले। Good morning. Morning. Ooh, hey, hey. चलिए। तुसी चलो मैं। शमी आराम ना बैठ के ना गल करिए आप
थैंक यू सिमी। वो किधर गई सिमी? सिमी सिमी हेलो सिमी। वैसे अपन जागते रहे। सरप्राइज। मैनू पता था सरप्राइज ही होना। कोई रेस्टोरेंट कोई कॉफी शॉप है ना? जो दास्ता तो सरप्राइज का रह गया। चल अभी रॉबी करे मत। रॉबी? हाँ। ए मेरा हाथ है। ते तेरा ही है। मैनू पता है। थोनू हरे कुड़ी च ओदा ही चेहरा नजर आउंदा होना है ना? है? ओ, चलो। लग दी। हेलो चला लेंगी ना? थोड़ी बहुत बैंट लगा लियो। वो बैंट ला लेना तू सामने वेख। मेंटल हॉस्पिटल। सत श्री अकाल डॉक्टर जी। दिमाग दी फोटो। बैठो। थैंक यू। बैठो जी बैठो। इना रॉबी ने ते इने डॉक्टर गुप्ता पंजाब दे नंबर वन दिमाग दे डॉक्टर। जिन्ने भी पेशेंट इना को आए ना सारे तीन चार सिटिंग विच ठीक हो जांदे ने। वाओ ग्रेट। डॉक्टर साहब देखो किन्नी सोहनी कुड़ी है। जे किते दा दिमाग ठीक हो जाए ना फिर ते बल्ले बल्ले ही आ। ओदा भी तुहाडे बारे ही ख्याल है। मुंडा सोहना है बस दिमाग ठीक हो जाए फिर ते बल्ले बल्ले आ। मेरे दिमाग नु की होया? रॉबी इट्स ओके सारा कुछ ठीक हो जाऊगा। पर की ठीक हो जाऊगा? वी नो रॉबी जिस कुड़ी ने तू प्यार करता सी ओ तेनु छड़ के चली गई क्योंकि तेरे प्यो दी जुए दी आदतां ने तेनु कंगाल करके रख दिता। कुड़ी जुआ कंगाल किन्ने क्या कर दे असली मालिक उस रब दे बंदे शेरू ने। शेरू ने? शेरू? रॉबी प्रॉब्लम काफी डीप रूटेड लगती है। हां ए कौन है? तुसी एदा करो अंदर चलो मैं इहदे नाल गल करके आउनी हां। हेलो मिस्टर। ए की हो रिया इत्थे? सन बात तो पुसे गरे यार। कोई शर्म यार है कि नहीं थोनू? जे अगला बंदा थोनू कुछ कहंदा नहीं एदा मतलब ए नहीं है तुसी ओदी कोठी च नंगे घूम। हैं साडी कोठी है। ओ हेलो इस कोठी दे मालिक शेरू जी ने। हां नाले साडा प्यो ए कोठी जुए च हार गया ही है ना? सारियां कुड़ियां नू ए स्टोरी सुनाई उहने शेरू ने। किथे आओ ਸਾਲਿਆ ਕੁੜੀਆਂ ਨੂੰ ਕਹਿੰਦਾ ਵੀ ਤੂੰ ਮਾਲ ਕਹਿੰਦੇ ਸੀ ਨੌਕਰੇ ਓਏ ਸਾਲਾ। ਭਾਜੀ ਗੱਲ ਸੁਣੋ ਚਪੇੜਾ ਮਾਰੀਆਂ ਨੇ ਮਾਰ ਲਓ ਪਰ ਨਕਲਾਂ ਤਾਂ ਲਾਓ ਕਮਾਲ ਕਰਦੇ ਤੁਸੀਂ ਹੈ ਨਾ। ਰੋਬੀ ਰੋਬੀ ਸੱਚਾਈ ਦਾ ਸਾਹਮਣਾ ਕਰ ਸੱਚਾਈ ਡਰਾਓ ਨਾ ਮਾਰਨਾ ਮਾਰ ਲਓ ਬੇਸ਼ੱਕ ਮਰਜ਼ੀ ਕਰ ਲਾ ਯਾਰ। ਸ਼ੇਰੂ ਮਾਲਿਕ ਤੁਸੀਂ ਨੌਕ ਕਰੋ ਹਾਂ ਪਰ ਕੋਈ ਗੱਲ ਨਹੀਂ ਸਾਰਾ ਕੁਛ ਠੀਕ ਹੋ ਜਾਣਾ ਠੀਕ ਹੈ। ਜੱਫੇ ਪਾਉਣ ਆਇਆ ਆਸਟ੍ਰੇਲੀਆ ਤੋਂ। ਉਹ ਕਿੱਥੇ ਗਿਆ ਸ਼ੇਰੂ? ਅਸੀਂ ਪਾਗਲ ਇੱਕ ਕੋਠੀ ਤੇਰੇ ਪਿਓ ਦੀ ਹੈ। ਕਿਹੜਾ ਕੰਜਰ ਕਹਿੰਦਾ? ਆ ਕੰਜਰ ਕਹਿੰਦਾ ਛੱਡ ਦੋ ਬਾਜੀ ਮੇਰੀ ਛੱਡ ਦੋ ਬਾਜੀ ਛੱਡ ਦੇ ਤੈਨੂੰ ਛੱਡ ਦੇ ਵੀ ਇਹਨੂੰ ਛੱਡ ਦੇ ਇਹਨੂੰ ਛੱਡ ਦੋ ਨੀ ਬਾਜੀ ਮਾਫੀ ਵਾਲੇ ਛੱਡ ਦੋ ਮੈਨੂੰ ਮਾਫ ਕਰ ਦੋ ਮੈਂ ਰੂਬੀ ਨੂੰ ਬਹੁਤ ਪਿਆਰ ਕਰਦਾ ਬਾਜੀ। ਅੱਛਾ ਰੂਬੀ ਨੂੰ ਰੂਬੀ ਮੈਂ ਉਹਨੂੰ ਕਹਿ ਬੈਠਿਆ ਵੀ ਆ ਕੋਠੀ ਦਾ ਮਾਲਕ ਮੈਂ। ਪਾਜੀ ਮੈਂ ਪਾਜੀ ਮੈਂ ਮੈਂ ਬੰਦਾ ਮਾੜਾ ਨਹੀਂ ਬੰਦਾ ਬਹੁਤ ਕੰਮ ਦਾ ਪਾਜੀ। ਸਾਡੇ ਕਿਸੇ ਕੰਮ ਦਾ ਨਹੀਂ ਹੈ ਛੱਡ ਦੇ ਨੂੰ ਛੱਡ ਦੇ ਨੂੰ ਛੱਡ ਦੇ ਚੱਕੋ ਪਾਜੀ 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 ਦੇਖੋ ਤੁਹਾਡੇ 6 ਦਿਨ ਨਿਕਲ ਚੁੱਕੇ ਨੇ ਤੇ 24 ਦਿਨ ਬਾਕੀ ਨੇ ਪਾਜੀ ਤੁਹਾਡੀ ਮੈਂ 3 ਲੱਖ ਰੁਪਇਆ ਕਮਾਉਣ ਚ ਬਹੁਤ ਮਦਦ ਕਰ ਸਕਦਾ ਪਾਜੀ। ਪਾਜੀ ਮੈਂ ਬੈਠਦਾ ਖੜਦਾ ਉਹ ਆਈਡੀਆ ਪਾਉਂਗੀ ਛੇਤੀ ਪਾਜੀ
ਤੁਸੀਂ ਬਾਹਰੋਂ ਪੰਜਾਬ ਦੇ ਵਿੱਚ ਪੈਸਾ ਕਮਾਉਣ ਤੇ ਪੰਜਾਬ ਦੇ ਲੋਕ ਬਾਹਰ ਜਾਂਦੇ ਨੇ ਭਾਜੀ ਪੈਸਾ ਕਮਾਉਣ ਮਾਰਾਂ ਤੇ ਫਿਰ ਇਹ ਆੜੀ ਹੈ ਤੇਰਾ ਭਾਜੀ ਮੈਂ ਦੱਸ ਮੈਨੂੰ ਟੰਗ ਯਾਰ ਫਿਰ ਭਾਜੀ ਮੇਰੀ ਗੱਲ ਤਾਂ ਸੁਣੋ ਭਾਜੀ ਦੇਖੋ ਤੁਸੀਂ ਕੋਲ ਭਾਜੀ ਇਮੀਗ੍ਰੇਸ਼ਨ ਆਫਿਸ ਭਾਜੀ ਜੇ ਆਪਾਂ 10 ਕੁ ਬੰਦੇ ਦੇ ਵੀਜ਼ੇ ਲਵਾ ਦਈਏ ਨਾ 3 ਲੱਖ ਰੁਪਈਆ ਪਰ ਬੰਦਾ ਵੀ ਆਪਾਂ ਵਿੱਚੋਂ ਕੱਢ ਲਈਏ ਸਮਝੋ ਆਪਣਾ ਕੰਮ ਹੋ ਗਿਆ ਉਹ ਇਮੀਗ੍ਰੇਸ਼ਨ ਦੇ ਆਫਿਸ ਅੱਗੇ ਥੋੜ੍ਹੇ ਪੰਜਾਬ 'ਚ ਸਾਡੇ ਕੋਲ ਕਿਉਂ ਆਊਗਾ ਕੋਈ ਮੈਂ ਦੱਸਦਾ ਤੁਹਾਨੂੰ ਜਿਵੇਂ ਨਾ ਭਾਜੀ ਦੇਖੋ ਬਰਾੜ ਸਾਹਿਬ ਦੀ ਬਾਹਰ ਇੱਜ਼ਤ ਬਹੁਤ ਹੈ ਭਾਜੀ ਜਿਵੇਂ ਆਪਾਂ ਨੂੰ ਚਾਹੀਦੇ ਨੇ ਬੰਦਿਆਂ ਵਾਸਤੇ ਭਾਜੀ ਵਰਕ ਪਰਮਿਟ ਭਾਜੀ ਜੇ ਆਪਣੇ ਬੰਦਿਆਂ ਦੇ ਵਰਕ ਪਰਮਿਟ ਸਮਝੋ ਬਣ ਗਏ ਭਾਜੀ ਅੰਬੈਸੀ ਦੇ ਵਿੱਚ ਟੱਪੇ ਠਾ 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 ਕਰਕੇ ਭਾਜੀ ਮੇਰੇ ਗੱਲ ਸਹੀ ਹੈ ਡੈਡੀ ਨਾਲ ਗੱਲ ਕਰਦੇ ਹਾਂ ਯਾਰ ਕਮਲਾ ਯਾਰ ਤੂੰ ਸ਼ਰਤਾਂ ਇਹ ਆ ਡੈਡ ਦੀ ਹੈਲਪ ਤੋਂ ਬਗੈਰ ਪੈਸੇ ਕਮਾਉਣੇ ਇਹ ਵੀ ਤਾਂ ਸਿਆਪਾ ਹੈ ਯਾਰ ਫਿਰ ਪੰਗਾ ਪੈ ਗਿਆ ਭਾਜੀ ਦੇਖੋ ਬੰਦਾ ਤਾਂ ਲੱਭਣਾ ਪੈਣਾ ਤੁਹਾਨੂੰ ਬੰਦਾ ਵੀਰੇ ਚੋਖੇ ਨਾਲ ਗੱਲ ਕਰੀਏ ਰੋਹਿਤ ਰੋਹਿਤ ਨਾਲ ਗੱਲ ਕਰੋ ਤੈਨੂੰ ਕੀ ਪਤਾ ਰੋਹਿਤ ਮੇਰਾ ਮਤਲਬ ਜੇ ਜੇ ਭਾਜੀ ਕਹਿ ਰਹੇ ਨੇ ਮਤਲਬ ਠੀਕ ਹੀ ਹੋਣਾ ਹੈ ਯਾਰ ਰੋਹਿਤ ਨਾਲ ਗੱਲ ਕਰਦੇ ਹਾਂ ਰੋਹਿਤ ਕਰਵਾ ਸਕਦਾ ਗੱਲ ਸਮਝੋ ਆਪਣੀ ਨੇੜੇ ਲੱਗੀ ਹੋਰ ਕੀ ਕੰਮ ਹੋਇਆ ਪਿਆ ਭਾਜੀ ਹੁਣ ਮੈਂ ਪੈਗ ਲਾ ਲਾਲਾ ਮਤਲਬ ਮੈਂ ਤੁਹਾਡੇ ਵਾਲੇ ਪਾਸੋਂ ਵੀ ਹਾਂ ਸਮਝਾ ਮਾਰ ਮੇਰੇ ਤੇ ਇਸ ਪ੍ਰੋਪਰਟੀ ਦੇ ਵਿੱਚ 24 ਦਿਨ ਰਹਿ ਗਏ ਨੇ ਜੇ ਉਹ ਨਲਾਇਕ 30 ਲੱਖ ਕਮਾ ਗਏ ਤਾਂ ਪੂਰੀ ਉਮਰ ਕੰਪਨੀ ਦਾ ਇੰਪਲੋਈ ਬਣ ਕੇ ਰਹਿ ਜਾਊਗਾ ਹਾਂ ਰੋਹਿਤ ਡਿਊਡ ਤੇਰੀ ਇੱਕ ਹੈਲਪ ਚਾਹੀਦੀ ਹੈ ਯਾਰ ਹਾਂ ਦੱਸੋ ਕੀ ਹੈਲਪ ਚਾਹੀਦੀ ਹੈ ਮੇਰੀ ਅਸੀਂ ਨਾ ਇਮੀਗ੍ਰੇਸ਼ਨ ਦਾ ਕੰਮ ਕਰਨ ਲੱਗੇ ਹਾਂ ਇੱਥੇ ਸਾਨੂੰ ਤਾਂ ਇਹੀ ਤਰੀਕਾ ਲੱਭਾ 30 ਲੱਖ ਰੁਪਇਆ ਕਮਾਉਣ ਦਾ ਗ੍ਰੇਟ ਯਾਰ ਦੱਸੋ ਕੀ ਕਰ ਸਕਦਾ ਮੈਂ ਸਿੰਪਲ ਜੀ ਗੱਲ ਹੈ ਯਾਰ ਜਿਹੜੇ ਬੰਦਿਆਂ ਦੇ ਫਾਰਮ ਅਸੀਂ ਤੈਨੂੰ ਭੇਜਾਂਗੇ ਨਾ ਉਹਨਾਂ ਦੇ ਸੇਮ ਪ੍ਰੋਫੈਸ਼ਨ ਦੇ ਜੌਬ ਆਫਰ ਲੈਟਰ ਸਾਨੂੰ ਭੇਜਣੇ ਅੱਛਾ ਕੋਈ ਗੱਲ ਨਹੀਂ ਮੈਂ ਕਿਸੇ ਜੌਬ ਕੰਸਲਟੈਂਟ ਨਾਲ ਗੱਲ ਕਰ ਲੈਂਦਾ ਥੈਂਕ ਯੂ ਯਾਰ ਕੀ ਕਹਿੰਦਾ ਕਰਦਾ ਕੁਛ ਕਰ ਦੇਣਾ ਇਹਨੇ ਹੁਕਮ ਦਾ ਇੱਕ ਸਿੱਟ ਬੈਠੇ ਨੇ ਚੱਕ ਲੈ ਰੋਹਿਤ ਬਾਈ ਦਿਨ ਰਹਿ ਗਏ ਬਸ ਹੁਣ ਗਾਹਕ ਆ ਜਾਵੇ ਪ੍ਰੈਜੈਂਟੇਸ਼ਨ ਤਿਆਰ ਹੈ ਤੇਰੀ ਗੇਮਾਂ ਖੇਡਦਾ ਰਹਿਣਾ ਇੱਧਰ ਦੇ ਮਾਡਰ ਤੇਰੀ ਮੈਡਮ ਆਈ ਹੈ ਕੋਈ ਪ੍ਰੋਬਲਮ ਹੈ ਯਾਰ ਤੈਨੂੰ ਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਪਤਾ ਚੱਲਿਆ ਕਿ ਤੁਸੀਂ ਇਮੀਗ੍ਰੇਸ਼ਨ ਦਾ ਬਿਜ਼ਨਸ ਸ਼ੁਰੂ ਕੀਤਾ ਹਾਂਜੀ ਹਾਂਜੀ ਮੈਂ ਗੁੱਡ ਲੱਕ ਵਾਸਤੇ ਫਲਾਵਰਸ ਲੈ ਕੇ ਆਈ ਸੀ ਥੈਂਕ ਯੂ ਸੋ ਮਚ ਜੀ ਤੁਸੀਂ ਆਗੇ ਬਸ ਇਹੀ ਸਾਡਾ ਗੁੱਡ ਲੱਕ ਸੀ ਕਿੰਨੇ ਸੋਹਣੇ ਫੁੱਲ ਹੈ ਨਾ ਖੁਸ਼ਬੂ ਵੀ ਕਿੰਨੀ ਚੰਗੀ ਹੈ ਨਕਲੀ ਫੁੱਲ ਸੈਂਸਿਟਿਵ ਹੋ ਕੇ ਸੋਚ ਨਕਲੀ ਫੁੱਲਾਂ 'ਚ ਵੀ ਖੁਸ਼ਬੂ ਆਊਗੀ ਪਲੀਜ਼ ਮੈਨੂੰ ਤੇ ਪਸੰਦ ਹੀ ਨਕਲੀ ਫੁੱਲ ਆ ਜੀ ਅਸਲੀ ਫੁੱਲ ਨਾ ਦੇਖੋ ਤੋੜਨੇ ਪੈਂਦੇ ਪਾਪ ਲੱਗਦਾ ਪਤਾ ਬਾਪ ਬਾਪੂ ਸੋਚੋ ਬਾਪੂ ਬਹੁਤ ਸ਼ਰਾਰਤੀ ਆ ਜੀ ਹਾਂਜੀ ਛੋਟਾ ਹੈ ਨਾ ਤਾਂ ਹੀ ਲਾਡਲਾ ਹਾਂਜੀ ਵੈਸੇ ਤੁਹਾਡੇ ਵਿਚਾਰ ਕਿੰਨੇ ਚੰਗੇ ਨੇ ਕਦੇ ਮਾਣ ਹੀ ਨਹੀਂ ਕੀਤਾ ਜੀ ਤੁਹਾਨੂੰ ਕੋਈ ਕੁੜੀ ਕਿਵੇਂ ਛੱਡ ਕੇ ਜਾ ਸਕਦੀ ਹੈ ਦਫਾ ਕਰੋ ਜੀ ਉਹਨੂੰ ਬਸ ਤੁਸੀਂ ਨਾ ਛੱਡ ਕੇ ਜਾਇਓ ਹਾਲੇ ਤਾਂ ਮੈਨੂੰ ਜਾਣਾ ਪੈਣਾ ਸਕੂਲ ਵਾਸਤੇ ਲੇਟ ਹੋ ਰਹੀ ਹਾਂ ਉਦਾਂ ਵੀ ਤੁਹਾਨੂੰ ਬਹੁਤ ਕੰਮ ਹੋਣਾ ਨਾ ਮੈਂ ਐਵੇਂ ਆ ਕੇ ਡਿਸਟਰਬ ਕਰ ਦਿੱਤਾ ਓਕੇ ਬਾਏ
ओके कम ते कोई नहीं सी बाय बाय कम बाय बाय रोली बाय बाय सत श्री अकाल बदतमीज जी ओए तू मेरा गुरु होता सी यार अपन फ्लर्ट करते ठीक लगते है की है सीरियस नहीं होना ऑस्ट्रेलिया बारे सोचना है ऑस्ट्रेलिया की कुड़ियां बारे सोचना है जिन्हें साढ़े दो वाले करवा चौथ व्रत रख के बैठे होते एंड व्हाट यू डूइंग व्हाट यू डूइंग नमस्ते आओ जी आओ ब्रदर आओ जी भाई दुकान अपनी है हाँ जी ब्रदर ऑफिस अपना है तुसी ये दसो जाना किधर तुसी बाहर असि वार्ड से थोनों किते भी भेज सकते हैं मेरी गल सुनो नेपाल श्रीलंका पाकिस्तान बांग्लादेश पर साडी सलाह तुसी जाओ ऑस्ट्रेलिया I know you like it देखो वीरे बोल लंबा प्रोसीजर है वीजे का वैसे तो बहुत लंबा प्रोसीजर होता भाजी दो हफ्ते च वीजा हो जाना है देख यार 15 दिन का प्रोसीजर तो है पर मिलवा देंगे यार दो हफ्ते देख यार वीरे ने कहता तेरा दो हफ्ते से वीजा पक्का है तेरे को पासपोर्ट है नहीं है राशन कार्ड से बाहर भेजना है तुसी दसो तुसी जाना कदों चाहते हो बाहर भाजी जान नु ते बाहर कल चल जाइए पर मेरे ना किसी ने पैसे मार ले पैसे की तो कोई गल नहीं है भाजी पैसे की की गल है लेके के आया तू ये पैसे लेके आया तुसी लेके आया ओ भाजी मैं पैसे लेने आया है 137 रुपए चाह दे बकाया मिट्टू बिजली वाला हुंदा सी ना पहला इथे तेरी ओए उठ ओ भाजी कुछ ले ओ भाई 120 110 दे दियो 60 दे दियो चार पैसे जाना एनी फील्डिंग कराती मेरे तो हेलो की है यार चल कोई ना चुप है यार चाह की जा यार ओ चाह ही मंगा ला छोड़ जा लगे ओए पाजी कम बढ़िया चल पे लगता जेड़े बिजी आ रहे हो सुबह बिजी है यार जिदन दा ऑफिस खोलिया ना बंदा ना बंदे जा की कह रहे हो जिदन दा ऑफिस खोलिया ना ना बंदा ना बंदे की कह रहे हो पाजी जिदन दा हुन 35 वरी दसा तेनु नहीं समय तक गया सी पाजी मेरा मतलब इन्ना बड़ा हाल और की हुन मैं ओनु रॉली नु भेजा अखबार च इश्तिहार देने लई पाजी इन्ने दा इश्तिहार ब्रेड पकड़े ਰੱਖ ਕੇ ਖਾਣ ਦੇ ਕੰਮ ਆਉਂਦਾ ਬ੍ਰੈਡ ਪਕੌੜੇ ਬਿਲਕੁਲ ਭਾਜੀ ਜੇ ਬੰਦੇ ਆਪਣੇ ਕੋਲ ਨਹੀਂ ਆ ਰਹੇ ਨਾ ਆਪਾਂ ਨੂੰ ਬੰਦੇ ਕੋਲ ਜਾਣਾ ਚਾਹੀਦਾ ਉਹ ਕਿਵੇਂ ਸਕੀਮ ਭਾਜੀ ਦੱਸ ਫਿਰ ਸਕੀਮ ਭਾਜੀ ਦੇਖੋ ਸਕੀਮ ਮੈਂ ਦੱਸਦਾ ਪਰ ਕੋਠੀ ਤੇ ਬੰਦੇ ਨਹੀਂ ਬਣੀ ਹੈ ਉਹ ਲੈ ਲਈ ਕੋਠੀ ਸਕੀਮ ਚੰਗੀ ਦੱਸੀ ਸਕੀਮ ਸੁਣੋ ਭਾਜੀ ਤੂੰ ਨਾ ਕੋਠੀ 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 ਪੱਕੀ ਚਪੇੜਾਂ ਬਹੁਤ ਪੈਣੀਆਂ ਜੇ ਯਾਰ ਕੀ ਸਕੀਮ ਪੁੱਠੀ ਪਈ ਦੇ ਸਕੀਮ ਫਿਰ ਮਰ ਗਈ ਭਾਜੀ ਪੂਰੀ ਤੁਹਾਨੂੰ ਆਸਟ੍ਰੇਲੀਆ ਭੇਜ ਕੇ ਚੱਲ ਲੈ ਭਾਜੀ ਪੱਕਾ ਭਾਜੀ ਜੇ ਕਿ ਕਰੇ ਜਾਂਦਾ ਤੇਰੀ ਅੱਖਾਂ ਸਿੱਧੀਆਂ ਕਰਾਵੇਂ ਹੈ ਮਗਰ ਪਿਛਲੇ ਚੌਂਕ ਤੋਂ ਭੱਜਦੇ ਆ ਰਹੇ ਆ ਸਾਲੇ ਨੇ 50 ਨਾਸ ਮਾਰਤਾ ਬਈ ਤੂੰ ਤਾਂ ਇਹਨੂੰ ਫੜ ਕੇ ਕਮਾਲ ਹੀ ਕਰਤੀ ਕਾਕਾ ਵਧੀਆ ਫਿਰ ਫੋਟੋ ਫੋਟੋ ਲਵਾ ਮੇਰੀ ਅਖਬਾਰ 'ਚ ਮਿੰਨੀ ਮਿੰਨੀ ਕੀ ਹੋਇਆ ਇੱਧਰ ਆ ਅਖਬਾਰ ਦੇਖ ਜਿਹੜਾ ਮੁੰਡਾ ਤੇਰੇ ਭਰਾ ਪਿੱਛੇ ਭੱਜਿਆ ਸੀ ਨਾ ਉਹਦੀ ਫੋਟੋ ਆਈ ਅਖਬਾਰ 'ਚ ਹਾਂ ਹਾਂ ਫੜਿਆ ਗਿਆ ਹੁਣ ਨਸ਼ੇ ਵੇਚਦਾ ਉਹ ਨਹੀਂ ਯਾਰ ਤੂੰ ਇੱਧਰ ਤਾਂ ਆ ਦੇਖ ਇਹਦੇ 'ਚ ਤਾਂ ਲਿਖਿਆ ਹੈ ਉਹਨੇ ਨਸ਼ਾ ਵੇਚਣ ਵਾਲੇ ਨੂੰ ਫੜਾ ਕੇ ਪੁਲਿਸ ਦੀ ਮਦਦ ਕੀਤੀ ਹੈ ਆ ਦੇਖ ਆ ਤੈਨੂੰ ਨਸ਼ੇ ਵੇਚਦਾ ਸੀ ਸੌਰੀ ਦੀਦੀ ਮੈਂ ਤੁਹਾਨੂੰ ਝੂਠ ਬੋਲਿਆ ਆ ਤੇਰੇ ਪਿੱਛੇ ਕਿਉਂ ਭੱਜਦਾ ਸੀ ਕਿ ਮੈਂ ਉਹਦੇ ਡਾਲਰ ਕੋ ਕੇ ਭੱਜਿਆ ਸੀ ਮਰ ਜਾਣਿਓ ਮੈਂ ਵੀ ਇਹਦੇ ਪਿੱਛੇ ਭੱਜਦੀ ਰਹੀ ਪਤਾ ਨਹੀਂ ਕੌਣ ਹੈ ਕਿੱਥੇ ਰਹਿੰਦਾ ਹੁਣ ਜੇ ਮਾਫੀ ਵੀ ਮੰਗਾ ਤੇ ਕਿੱਥੇ ਜਾ ਕੇ ਮੰਗਾ ਐ ਕਾਕਾ ਸ਼ੇਰੂ ਦਾ ਗੈਸਟ ਹਾਊਸ ਇਹੀ ਹੈ ਇਹੀ ਆ ਪਰ ਬੰਦਿਆਂ ਦਾ ਕੋਈ ਕੰਮ ਨਹੀਂ ਚੱਲ ਬਾਹਰ ਪਾਪਾ 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 ਐ ਪਾਪਾ 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 ਨੂੰ ਸਾਈਡ ਤੇ ਲਾਓ ਇੱਧਰ ਲੈ ਕੇ ਆਓ ਉਹ ਤੂੰ ਪਾਗਲਾ ਗੱਲ ਕਿਵੇਂ ਕਰਦਾ ਹੀ ਜਾ ਕੇ ਪਾਪਾ ਦਾ ਸਮਾਨ ਲੈ ਕੇ ਬਾਹਰੋਂ ਠੀਕ ਹੈ ਜੀ ਬਦ ਪੀਜਣਾ ਹੋਏ ਕਿਸ ਤਰ੍ਹਾਂ ਬੈਠੋ ਪਾਪਾ ਅਬ ਠੀਕ ਹੈ ਉਸਤਾਦ ਜੀ ਪਰ ਪਾਪਾ ਤੇ ਖਾਲੀ ਹੱਥ ਆਏ ਨੇ ਉਹ ਅੱਛਾ ਜੀ ਪਾਪਾ
ਤੁਹਾਡਾ ਇਹ ਹਾਲ ਕਿਨੇ ਕੀਤਾ? ਹੈ ਸੀ ਕੋ ਨਲਾਇਕ ਬੰਦਾ। ਨਲਾਇਕ ਬੰਦਾ ਸਾਡੇ ਹੁੰਦੇ ਹੋਏ ਇਸ ਇਲਾਕੇ 'ਚ ਕੋਈ ਹੋਰ ਨਲਾਇਕ, ਮੇਰਾ ਮਤਲਬ ਬਦਮਾਸ਼ ਬੰਦਾ ਕੌਣ ਹੋ ਸਕਦਾ? ਤੁਸੀਂ ਇੱਕ ਵਾਰੀ ਪਾਪਾ ਉਹਨਾਂ ਦਾ ਨਾਂ ਦੱਸੋ, ਸ਼ੇਰੂ ਜੀ ਉਹਨਾਂ ਦਾ ਪਰਥਾ ਬਣਾ ਦੇਣਗੇ। ਅੱਛਾ, ਓਕੇ ਓਕੇ ਓਕੇ। ਉਹਨੂੰ ਚਪੇੜ ਮਾਰਦੀ ਵੀ। ਓਏ ਇਹ ਕੌਣ? ਉਹ ਇਹ ਆ ਇਹੀ। ਉਹ ਇਹ ਅੰਕਲ ਕਿੱਥੋਂ ਆ ਗਏ? ਰੂਪੀ ਦੇ ਪਾਪਾ। ਪਾਪਾ ਬੈਠੋ। ਪਾਪਾ ਦੇਖ ਲੈਂਦੇ ਇਹਨਾਂ ਪਾਗਲਾਂ ਦੀ ਕਰਤੂਤ। ਸਾਡਾ ਅਹਿਸਾਨ ਤਾਂ ਕੀ ਮੰਨਣਾ, ਉੱਤੋਂ ਪਾਪਾ ਤੇ ਹੱਥ ਚੁੱਕਿਆ ਇਹਨਾਂ ਨੇ। ਗਲਤ ਗੱਲ ਹੈ। ਕੀ ਗਲਤ ਗੱਲ ਹੈ? ਜਾਓ ਜਾ ਕੇ ਬਦਲਾ ਲੈ ਕੇ ਆਓ। ਬਦਲਾ? ਠੀਕ ਹੈ, ਮੈਂ ਜਾਂਦਾ। ਪੈਰੀ ਪਏ ਹੋਣੇ ਹੁਣ ਦੋਨੋਂ ਜਾਣੇ ਸ਼ੇਰੂ ਜੀ ਦੇ। ਕੰਨ ਫੜੇ ਹੋਣੇ ਦੋਨੋਂ ਜਾਣਿਆਂ ਨੇ, ਸੌਰੀ ਮੰਗ ਰਹੇ ਹੋਣੇ ਆ। ਆ ਰਹੀਆਂ ਅੰਦਰੋਂ ਆਵਾਜ਼ਾਂ, ਕੁੱਟ ਪੈ ਰਹੀ ਹੈ ਉਹਨਾਂ ਦੇ। ਸਪਨੀ ਸਪਨੀ ਰੂਬੀ ਦੇ ਪਾਪਾ ਜੀ, ਮੇਰਾ ਮਤਲਬ ਸ਼ੇਰੂ ਦੇ ਹੋਣ ਵਾਲੇ ਸਹੁਰਾ ਸਾਹਿਬ। ਗਲਤੀ ਹੋ ਗਈ ਮੁੰਡੇ ਤੋਂ, ਮਾਫ ਕਰ ਦੋ। ਗਲਤੀ ਮੰਨਣ ਨਾਲ ਕੀ ਹੁੰਦਾ? ਮੇਰੇ ਪਾਪਾ ਕੋਲੋਂ ਇੱਕ ਸੁਣ ਖਾਣਾ ਪੈਣਾ ਤੇ ਭਰਾ ਨੂੰ ਵੱਡੀ ਕਿਸੂਨ ਵਾਲੀ। ਛੱਡੋ, ਕਿਹੜੀ ਗੱਲ 'ਚ ਪੈ ਗਏ? ਅੰਦਰ ਬਹੁਤ ਕੁੱਟਿਆ। ਚਲੋ ਜੀ ਛੱਡੋ, ਫਿਰ ਲਓ ਸ਼ਗਨ ਮੁੰਡੇ ਨੂੰ। ਪਾਪਾ ਜੀ ਮੈਂ ਪੈਸੇ ਨਾਲ ਲੈ ਕੇ ਆਈ ਹਾਂ, ਇੱਕ ਵਾਰ ਇਹਨੂੰ ਬਾਹਰ ਭੇਜ ਦੇਵਾਂ, ਫਿਰ ਮੈਂ ਵੀ ਵਿਆਹ ਕਰਾ ਕੇ ਵਿਹਲੀ ਹੋਵਾਂ। ਕੋਈ ਗੱਲ ਹੀ ਨਹੀਂ ਜੀ, ਬਾਹਰ ਤੈਨੂੰ ਆਪਾਂ ਭੇਜ ਹੀ ਦੇਣਾ। ਤੁਸੀਂ ਵਿਆਹ ਦੀ ਤਿਆਰੀ ਕਰੋ ਮੈਡਮ, ਬਸ ਪਰ ਦੇਖਣਾ ਹੈ ਕਿ ਇਹੋ ਜਿਹੇ ਵਿਹਲੇ ਨਸ਼ੇੜੀ ਨੂੰ ਬਾਹਰ ਕਿਵੇਂ ਨੌਕਰੀ ਮਿਲਦੀ। ਰੋਬੀ, ਸਾਡੇ ਸਕੂਲ 'ਚ ਇੱਕ ਪਿਊਨ ਆ ਪੰਤੋ, ਅਤੇ ਉਹਦਾ ਪਤੀ 5 ਸਾਲ ਪਹਿਲਾਂ ਆਸਟ੍ਰੇਲੀਆ ਚਲੇ ਗਿਆ, ਹੁਣ ਉਹਦੀ ਕੋਈ ਖਬਰ ਨਹੀਂ, ਵਿਚਾਰੀ ਉਡੀਕਦੀ ਰਹਿੰਦੀ ਆ। ਕੁਛ ਪੈਸੇ ਉਹਨੇ ਜਮ੍ਹਾਂ ਕੀਤੇ ਆ ਅਤੇ ਕੁਛ ਮੈਂ ਦੇ ਦੇਵਾਂਗੀ। ਮੈਂ ਸੋਚ ਰਹੀ ਸੀ ਜੇ ਤੁਸੀਂ ਉਹਨੂੰ ਆਸਟ੍ਰੇਲੀਆ ਭੇਜ ਦਿਓ ਤਾਂ। ਤੂੰ ਫਿਕਰ ਨਾ ਕਰ, ਮੈਂ ਕਰ ਦਊਂ। ਓਏ ਅੱਖੀਆਂ 'ਚ ਰੱਬ ਵਸਦਾ ਖੋਰੇ, ਕਿਸ ਵਿੱਚ ਨਜ਼ਰੀਆਂ ਵੇ ਓ ਮੌਲਾ ਜਾਣੇ। ਓਏ ਅੱਲੜ ਪੁਣੇ 'ਚ ਲੱਗੀਆਂ ਨੂੰ ਤਾਂ ਹਰ ਕੋਈ ਪਛਤਾਵੇ, ਕਿਉਂ ਮੌਲਾ ਜਾਣੇ। ਹੈਲੋ ਜੀ। ਹੈਲੋ, ਮੈਂ ਪਛਾਣਿਆ ਨਹੀਂ ਤੁਹਾਨੂੰ। ਉਹ ਮੈਂ ਲੱਟੂ ਦੇ ਵੀਜ਼ੇ ਬਾਰੇ ਪੁੱਛਣ ਆਈ ਸੀ। ਉਹ 2-4 ਦਿਨਾਂ 'ਚ ਸਾਰਿਆਂ ਦੇ ਜੋਬ ਲੈਟਰ ਆ ਜਾਣੇ, ਸਾਰਿਆਂ ਦੇ ਵੀਜ਼ੇ ਲੱਗ ਜਾਣੇ, ਟੈਨਸ਼ਨ ਕੋਈ ਨਹੀਂ। ਬਸ ਇਹੀ ਪੁੱਛਣ ਆਈ ਸੀ, ਫਿਰ ਮੈਂ ਚੱਲਾਂ। ਓਕੇ। ਫਿਰ ਮੈਂ ਚੱਲਦੀ ਹਾਂ। ਹੈਲੋ, ਇੱਕ ਗੱਲ ਕਹਾਂ, ਵੈਸੇ ਆ ਮਾਡਰਨ ਕੱਪੜੇ ਵਧੀਆ ਨਹੀਂ ਲੱਗਦੇ, ਪੰਜਾਬੀ ਸੂਟ ਦਾ ਲੁਕਸ ਗੁੱਡ ਹੋਣਾ ਚਾਹੀਦਾ। ਥੈਂਕ ਯੂ। ਆ ਸੀਰੀਅਸ ਤਾਂ ਨਹੀਂ ਹੋ ਰਹੀ ਕਿਤੇ ਕਮਲੀ? ਆਸਟ੍ਰੇਲੀਆ ਜਾਣਾ ਆਪਾਂ, ਇੱਥੇ ਥੋੜ੍ਹਾ ਰਹਿਣਾ, ਹੈ ਪਤਾ ਹੀ ਹੈ ਤੁਹਾਨੂੰ। ਥੈਂਕ ਯੂ। ਤਾਰਾ ਨਾ ਬੱਲੀਆਂ ਨੂੰ
भाई साहब तुसी टूटी जी इनोवा लेके अमीर तो नहीं बन सकते। और मैं फिर कर भी की सकना। कमाल कर दियो, आ देखो सरवणी आए ने ऑस्ट्रेलिया तो वीजा लेके। पर उथे जाके की करेंगे? ओ सिंगरां दी पता किन्नी मुके दा उथे वीकेंड ते मैं फला लाया करो। मैनेजर। यस सर। किदे को लाया यार, इने तो गाना भी नहीं सुनया होना। छल्ला टैक्सी चलाउंदा मोटे डॉलर कमाउंदा। दूर फिट मु। सॉरी सर। चल चलिए पाजी। सॉरी सॉरी गलती हो गई, मेरी गल सुनो। डील डन रही। फिर अपा मेलबर्न तो चलांगे सिडनी। बेबे दा गोडा पवाना है, बापू दी किडनी। बस साडा इको ही सपना है, अमरिंदर गिल दी सीडी तो पहला सीडी कढ़नी असी। सीडी समझो निकल गई सीडी दा हो गई। कब हो गया? कड़ियां मुबारकां तुहानू। मुबारकां तुहानू। मुबारकां। मेरी गल मन्नो, इथों वेच के ना सारा कुछ पैसों का जुगाड़ करो, इतों निकलो एक बार, बाकी मर्जी है तेरी। गल तो ठीक है तेरी, मैं कर दा कोई जुगाड़। ਭਾਜੀ ਇਹ ਬਣ ਗਿਆ ਤੁਹਾਡਾ ਕਮਿਸ਼ਨ 29,99,995 ਰੁਪਏ। ਹੁਣ ਰਹਿ ਗਏ 5 ਰੁਪਏ। 5 ਰੁਪਏ ਪਿੱਛੇ ਹੁਣ ਮੈਂ ਆਹ ਕੋਠੀ ਹੱਥੋਂ ਜਾਣ ਤਾਂ ਨਹੀਂ ਦੇ ਸਕਦਾ। ਹੈਲੋ, ਆਪਦੇ ਕੋਲੋਂ 5 ਰੁਪਏ ਪਾਤੇ, ਕੋਠੀ ਸਮਝੋ ਮੇਰੀ। ਬਸ ਰੋਹਿਤ ਦਾ ਫੋਨ ਆ ਜਾਏ ਯਾਰ। ਸਹੀ ਗੱਲ ਹੈ ਯਾਰ, ਫਿਰ ਚੱਲੀਏ ਆਸਟ੍ਰੇਲੀਆ ਤੇ ਲਈਏ ਨਜ਼ਾਰੇ। ਯੈਸ, ਨਜ਼ਾਰੇ। ਹੋਰ ਭਾਜੀ, ਮੈਂ ਤਾਂ ਆਪ ਕੁੜੀਆਂ ਨੂੰ ਝੂਠ ਬੋਲ ਬੋਲ ਕੇ ਅੱਕਿਆ ਪਿਆ ਵੀ ਇਹ ਕੋਠੀ ਦਾ ਅਸਲੀ ਮਾਲਕ ਮੈਂ ਆ। ਦੋਨੇ ਮੁੰਡਿਆਂ ਦਾ ਦਿਮਾਗ ਖਰਾਬ ਹੈ। ਮੈਂ ਤਾਂ ਭਾਜੀ ਕੁੜੀਆਂ ਕੋਲ ਝੂਠ ਬੋਲ ਬੈਠਿਆ ਵੀ ਤੁਹਾਡੀ ਗਰਲਫ੍ਰੈਂਡ ਸੀ ਜਿਹੜੀ ਤੁਹਾਨੂੰ ਛੱਡ ਕੇ ਚਲੀ ਗਈ। ਸੱਪ ਨੀ ਭਾਜੀ, ਸੱਪ ਨੀ। ਸਿੰਮੀ, ਮੈਂ ਦੱਸਣਾ ਹੀ ਸੀ ਤੈਨੂੰ, ਐਕਚੁਅਲੀ ਗਲਤੀ ਮੇਰੀ ਵੀ ਨਹੀਂ ਉਹ ਸ਼ੇਰੂ। ਨਹੀਂ ਨਹੀਂ, ਗਲਤੀ ਕਿਸੇ ਦੀ ਨਹੀਂ, ਗਲਤੀ ਮੇਰੀ ਹੈ। ਮੈਂ ਹੀ ਕੁਛ ਲੋਕਾਂ 'ਤੇ ਜਲਦੀ ਵਿਸ਼ਵਾਸ ਕਰ ਲੈਂਦੀ ਹਾਂ। ਤੁਹਾਨੂੰ ਪਤਾ, ਇੱਕ ਵਾਰੀ ਮੇਰੇ ਡੈਡ ਨੇ ਮੇਰੇ ਵਿਆਹ ਦੀ ਗੱਲ ਤੋਰੀ ਸੀ। ਮੈਂ ਉਹਨਾਂ ਨੂੰ ਕਿਹਾ, ਰਹਿਣ ਦਿਓ ਡੈਡ, ਮੈਂ ਇੱਕ ਮੁੰਡੇ ਨੂੰ ਪਸੰਦ ਕਰਦੀ ਹਾਂ, ਤੁਸੀਂ ਉਹਨੂੰ ਮਿਲ ਲਓ। ਜਿਸ ਦਿਨ ਡੈਡ ਨੇ ਮੁੰਡੇ ਨੂੰ ਮਿਲਣ ਵਾਸਤੇ ਬੁਲਾਇਆ, ਉਹ ਆਇਆ ਹੀ ਨਹੀਂ। ਕਹਿੰਦੇ ਕੋਈ ਚੰਗੀ ਓਪਰਚੁਨਿਟੀ ਮਿਲ ਗਈ ਸੀ। ਉਸ ਦਿਨ ਤੋਂ ਬਾਅਦ ਰੋਜ਼ ਡੈਡ ਦੇ ਤਾਨੇ, ਸਿੰਮੀ ਮਚੋਰ ਹੈ, ਸਿੰਮੀ ਨੂੰ ਜ਼ਿੰਦਗੀ ਬਾਰੇ ਕੁਛ ਨਹੀਂ ਪਤਾ। ਮੈਂ ਘਰ ਹੀ ਛੱਡ ਦਿੱਤਾ, ਇੱਥੇ ਪੀਜੀ 'ਚ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਤੁਹਾਨੂੰ ਮਿਲੀ। ਮੈਨੂੰ ਲੱਗਿਆ ਕਿ ਸਾਡੀ ਦੋਨਾਂ ਦੀ ਕਿਸਮਤ ਇੱਕੋ ਜਿਹੀ ਹੈ। ਤੁਹਾਨੂੰ ਇੱਕ ਕੁੜੀ ਛੱਡ ਗਈ ਅਤੇ ਮੈਨੂੰ ਇੱਕ ਮੁੰਡਾ। ਪਰ ਮੈਨੂੰ ਅੱਜ ਲੱਗਦਾ ਡੈਡ ਜਿੱਤੀ ਗਏ। ਮੈਨੂੰ ਸੱਚੀ ਜ਼ਿੰਦਗੀ ਬਾਰੇ ਕੁਛ ਨਹੀਂ ਪਤਾ, ਇਸ ਲਈ ਘਰ ਜਾਣ ਦਾ ਫੈਸਲਾ ਕੀਤਾ। ਜਿੱਥੇ ਪਾੜਾ ਪੈਂਦਾ ਏ ਉਸ ਥਾਂ ਤੇ ਖਲੋ ਗਏ ਗੱਲ ਇੱਥੇ ਮੁੱਕਦੀ ਆਪਾਂ ਵੱਖ ਹੋ ਗਏ ਗੱਲ ਇੱਥੇ ਮੁੱਕਦੀ ਏ ਆਪਾਂ ਵੱਖ Thank you.
बेटा कदों का फोन वज रहा चक लेना इंपॉर्टेंट नहीं है मां आलो गल हो तेरी नहीं यार फोन नहीं चुके मैं फोन कर रहा बंद आ रहा किदी गल कर दूं तू किदी गल कर रहा सिमी यार रोहित की गल कर रहा मैं उन्होंने तो की थी फोन आ गया गल कर हां रोहित यार कोई रिप्लाई नहीं आ रहा जॉब कंसल्टेंट का क्यों यार मुझे लगता है किसी और ना गल करनी पैनी है हले महीना का लग जू ओ पागल है यार तू 4 दिन रह गए साडे मैंने पड़ा और रोहित ओए ओ बंदा भर जा तू सॉरी यार आवाज आवाज कट रही है ਅਸੀਂ ਆਨੇ ਸਕਦੇ ਉਸ ਲੈਂ ਤੇ ਦੱਸ ਦੇ ਤੈਨੂੰ ਓਏ ਕੀ ਕਹਿੰਦਾ ਫੋਰ ਕੱਟਦਾ ਰਹੇ ਨੇ ਮੇਰੇ ਕੋ ਸੋਚ ਮੈਨੂੰ ਨਹੀਂ ਪਤਾ ਇਸ ਵੈਰੀ ਸੀਰੀਅਸ ਛਿੱਤਰ ਬਹੁਤ ਪੈਣੇ ये तरीका ठीक है उस वेले जाना बस फिर यही तरीका सुपने तो मेरा खेड़ा छड़ दो चलो असी तेरी जिंदगी चो बस एहो कह के चले सदरां दे वेड़े दे अज बूहे टो गए जिथे पाड़ा पैंदा है उस थां ते खलो गए गल इत्थे मुकदी आपां वख हो गए गल इत्थे मुकदी ਆਪਾਂ ਵੱਖ ਹੋ ਗਏ ਤੇਰੇ ਪਿਆਰ ਦਾ ਸਰੂ ਸਾਡੇ ਸਿਰ ਚੜ ਬੋਲੇ ਤਾਈਓ ਵੇਖ ਅਲਫਾਜ਼ ਅੱਜ ਦੁੱਖੜੇ ਪਰੋਲੇ
तेरे बाजों बोतल नू रख सराहने सौ गया गल इत्थे मुक दिए आपां वक्ख हो गए आपां वक्ख आपां वक्ख हो गए आपां वक्ख आपां वक्ख हो गए आपां वक्ख किन्ने रुपए जी ओ तुहाडे कोल काहदे पैसे लेने बई ਤੁਸੀਂ ਤੇ ਬਰਾੜ ਸਾਹਿਬ ਦੇ ਪਿੰਡ ਦੇ ਬੰਦੇ ਹੋ ਤੇ ਮੈਂ ਬਰਾੜ ਸਾਹਿਬ ਦੇ ਪਿੰਡ ਦੇ ਬੰਦਿਆਂ ਕੋਲੋਂ ਪੈਸੇ ਨਹੀਂ ਲੈਂਦਾ ਚੰਗਾ ਵੀ ਮੁੰਡਿਓ ਆ ਲਾਈਕ ਇਟ ਓਕੇ ਬੜਾ ਨਾ ਹੈ ਡੈਡੀ ਦਾ ਆਪਣੇ ਕੋਈ ਨਹੀਂ ਕਰ ਦੇਣਾ ਕਰਾ ਬਾਪਾ ਏ ਚੱਲ ਚੱਲ ਫਲਾਈਟ ਦਾ ਟਾਈਮ ਹੋ ਗਿਆ ਚੱਲ ਚੱਲੀਏ ਗੱਲ ਸੁਣ ਹਾਂ ਵਾਪਸ ਚੱਲੀਏ ਕਿਉਂ ਪੈਸੇ ਮੋੜਨੇ ਲੋਕਾਂ ਦੇ ਉਹ ਤੇਰਾ ਦਿਮਾਗ ਖਰਾਬ ਹੈ ਇੰਨੀ ਕੁੱਤੇ ਖਾਣੀ ਕਰਾ ਕੇ ਆਪਾਂ ਪੈਸੇ ਕਮਾਏ ਪੈਸੇ ਮੋੜ ਦੀਏ ਚੱਲ ਚੱਲੀਏ ਟਾਈਮ ਹੋ ਗਿਆ ਫਲਾਈਟ ਦਾ ਤੂੰ ਜਾਣਾ ਮੇਰੇ ਨਾਲ ਕਿ ਨਹੀਂ ਨਹੀਂ ਬੁਲਾਈ ਨਾ ਮੈਨੂੰ ਓ ਹੈਲੋ ਆ ਕੋਟ ਬੜੀ ਪੈਣੀ ਉੱਥੇ ਤੈਨੂੰ ਆ ਕੋ ਫਿਲਮ ਦੀ ਸ਼ੂਟਿੰਗ ਨਹੀਂ ਹੋ ਰਹੀ ਓ ਸ਼ਾਹਰੁਖ ਦਫਾ ਹੋ ਗਏ ਵਾਹ ਸਾਰਾ ਪਤਾ ਮੈਨੂੰ ਕਿਤੇ ਕਰਕੇ ਜਾ ਰਿਹਾ ਵਾਪਸ पैसे पैसे कितने गए उत्थे देखी आउंदे ने यारे हुण मैं तो जहाज की विंडो सीट लूं मैं तो देखी तू दो पैग लाके जहाज ही चलाऊंगा जहाज इतना तेज भजाउंदे आ कहंदे जहाज की रेल बनांदे आ आपा भी बना देने रेल देखी दफ्तर बंद हां आपा तो अपना दफ्तर बेच के इन्होंने दफ्तर आए सी मैनू तो गड़बड़ लगदी है कोई मैं तो बाहर जाके गले दा इलाज भी करवाना सी अजे ਪਿੱਛੇ ਪਿੱਛੇ ਹੋਏ ਇੱਥੇ ਸਾਨੂੰ ਵਿਜੇ ਮਿਲਣੇ ਸੀ ਸਾਨੂੰ ਵੀ ਵਿਜੇ ਮਿਲਣੇ ਸੀ ਅਸੀਂ ਕਿਹੜਾ ਬਰਗਰ ਖਾਣ ਆਇਆ ਉਹ ਦੇਖ ਤੇਰਾ ਕਿੱਡਾ ਵੱਡਾ ਜਿੰਦਾ ਲਾਈ ਬੈਠੇ ਆ ਇਹਦਾ ਮਤਲਬ ਹਾਜਮਾ ਖਰਾਬ ਹੋ ਗਿਆ ਹਾਜਮਾ ਖਰਾਬ ਨਹੀਂ ਨੀਤਾ ਖਰਾਬ ਨੇ ਸਾਡੇ ਪੈਸੇ ਲੈ ਕੇ ਭੱਜ ਗਏ ਪੈਸੇ ਲੈ ਕੇ ਭੱਜ ਗਏ ਤੇ ਜਾਣਾ ਕਿੱਥੇ ਮੈਨੂੰ ਇਹਨਾਂ ਤੇ ਘਰ ਦਾ ਪਤਾ ਫਿਰ ਇੱਥੇ ਕੀ ਕਰਦੇ ਘਰੇ ਚੱਲੋ ਚੱਲੋ ਆਓ ਚੱਲੀਏ ਰੋਬੀ ਰੋਲੀ ਮੁਰਦਾ ਵਾ ਸਾਲੇ ਜਿਉਂਦਾ ਮੈਂ ਹਲੇ ਮਰਿਆ ਨਹੀਂ ਉਸਤਾਦ ਜੀ ਯਾਰ ਰੋਬੀ ਰੋਲੀ ਨੂੰ ਕੀ ਮੂੰਹ ਵਿਖਾਵਾਂਗੇ ਹੁਣ ਕੁੱਤਿਆ ਉਹਨਾਂ ਨੂੰ ਕੀ ਮੂੰਹ ਦਿਖਾਉਣਾ ਉਹਨਾਂ ਨੇ ਤਾਂ ਸਫਾਇਆ ਕੀਤਾ ਉਹਨਾਂ ਨੇ ਪਰ ਉਸਤਾਦ ਜੀ ਪੈਸੇ ਤੇ ਰੋਬੀ ਰੋਲੀ ਦੇ ਸੀਗੇ ਕਿੱਥੇ ਆ ਰੋਬੀ ਤੇ ਰੋਲੀ ਦੋਵੇਂ ਉਹ ਚੋਰ ਕਿੱਥੇ ਆ ਸਾਡੇ ਪੈਸੇ ਲੈ ਕੇ ਭੱਜ ਕੇ ਬਾਹਰ ਸ਼ੁਰੂ ਚੀ ਬਾਹਰ ਕੋ ਬਾਹਰ ਨਾ 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 ਬਾਹਰ बड़े ही बेहतरीन कलाकार फनकार ते बेरोजगार मिस्टर काला ते राजू अर्ज करे सुना शुक्रिया मेहरबानी ਤੁਹਾਡੇ ਵੀ ਪੈਸੇ ਦੇਣੇ ਆ ਮੈਂ ਸਾਰੀ ਜ਼ਿੰਦਗੀ ਲੋਕਾਂ ਦਾ ਹਾਜਮਾ ਠੀਕ ਕਰਦਾ ਰਿਹਾ ਮੇਰਾ ਹਾਜਮਾ ਖਰਾਬ ਕਰਕੇ ਭੱਜ ਗਏ ਉਹ ਮੇਰੀ ਬਕਾ ਦਿੱਤੀ ਇਹਨਾਂ ਨੇ ਗੱਡੀ ਹੁਣ ਦੱਸੋ ਰਕਸ਼ਾ ਚਲਾਊਗਾ ਜੱਗੀ ਜੱਗੀ ਵਾ 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 ਸਾਲਾ ਦਾਦੇ ਨੂੰ ਇਹਨੇ ਗੱਲ ਦਾ ਸ਼ੇ ਸੁਣਾਇਆ ਅਗਲਾ ਹਫਤਾ ਦੁੱਖੜਾ ਰੋ ਰਿਹਾ ਦਾਦੇ ਨਹੀਂ ਛੱਡੋ ਤੇ ਮੁੰਡੇ ਕੱਢੋ ਕੱਢੋ ਮੈਨੂੰ ਪਤਾ ਨਹੀਂ ਮੁੰਡੇ ਮੈਂ ਕਿੱਥੋਂ ਕੱਢਾਂ ਉਹ ਤੈਨੂੰ ਕਿੱਦਾਂ ਨਹੀਂ ਪਤਾ ਜਦੋਂ ਪਹਿਲਾਂ ਤੇਰੇ ਦੋ ਕਿਥੋਂ ਨਾ ਹਾਂ ਬਾਬਾ ਚਲ ਕੱਢੋ ਬਾ ਤੁਹਾਨੂੰ ਨਹੀਂ ਪਤਾ ਉਸਤਾਦ ਉਹਨਾਂ ਦਾ ਉਸਤਾਦ ਹੋਣੀ ਤਾਂ ਕੱਲੇ ਦੀਦੀ ਬੱਚੇ ਨੂੰ ਵੇਖਦੇ ਨੇ ਇੱਕ ਮਿੰਟ ਕੱਢੋ ਮੁੰਡੇ ਬਾਹਰ ਕੱਢੋ ਕੱਢੋ ਬਾਹਰ ਮੁੰਡੇ ਇੱਕ ਮਿੰਟ ਨਾ ਤੂੰ ਬਹਿ ਲੱਗੇ ਕਿੱਥੇ ਚਲਾ ਗਿਆ ਹੋਇਆ ਸ਼ੇਰ ਦੀ ਚ ਕੋਈ ਗਲਤੀ ਨਹੀਂ ਹੈ ਸਾਰੀ ਗਲਤੀ ਸਾਡੀ ਹੈ ਉਹ ਕਿੱਥੇ ਸੀ ਤੂੰ ਕਿੱਥੇ ਸਾਡੀਆਂ ਨੌਕਰੀਆਂ ਕਿੱਥੇ ਸਾਡੇ ਵੀਜ਼ੇ ਬਿੱਲਾ ਭਾਜੀ ਵੀਜ਼ੇ ਹਲੇ ਹੋਏ ਨਹੀਂ ਥੋੜਾ ਟਾਈਮ ਹੋਰ ਲੱਗੂਗਾ ਘੱਟੋ ਘੱਟ ਇੱਕ ਮਹੀਨਾ ਇੱਕ ਮਹੀਨਾ ਓਏ ਅਸੀਂ ਇੱਕ ਮਹੀਨਾ ਇੰਤਜ਼ਾਰ ਨਹੀਂ ਕਰ ਸਕਦੇ ਕੱਢੋ ਸਾਡੇ ਪੈਸੇ ਦੱਸੋ ਪੈਸੇ ਦੇ ਸਾਡੇ ਪੈਸੇ ਹਲੇ ਨਹੀਂ ਯਾਰ ਪਰ ਇਹ ਗੱਲ ਪੱਕੀ ਹੈ ਕਿ ਤੁਹਾਡੇ ਸਾਰਿਆਂ ਦੇ ਪੈਸੇ ਵਾਪਸ ਹੋ ਜਾਣਗੇ ਤੁਹਾਡੇ ਸਾਰਿਆਂ ਦੇ ਨੁਕਸਾਨ ਦੀ ਜ਼ਿੰਮੇਵਾਰੀ ਮੈਂ ਲੈਣਾ ਮੈਂ ਨਹੀਂ
ਅਸੀਂ ਲੈਨੇ ਆ ਤੁਹਾਡੇ ਸਾਰਿਆਂ ਦੇ ਪੈਸੇ ਦੀ ਜ਼ਿੰਮੇਵਾਰੀ ਅਸੀਂ ਲੈਨੇ ਹੁਣ ਅੱਛਾ ਟੈਨਸ਼ਨ ਨਾ ਲਓ ਮਿਲ ਜਾਣਗੇ ਪੈਸੇ ਆ ਗਿਆ ਵਾਪਸ ਤੇ ਵਾਪਸ ਤਾਂ ਆਉਣਾ ਜੀ ਮੇਰੇ ਤੋਂ ਪੈਸੇ ਖੋਲੇ ਚੱਲ ਪੈਸੇ ਕੱਢ ਵਾਪਸ ਕਰੀ ਪੈਸੇ ਹੈ ਨੀ ਤੂੰ ਤਾਂ ਲੜਕੇ ਚੱਲ ਗਿਆ ਏਅਰਪੋਰਟ ਤੋਂ ਉਹ ਬੰਦੇ ਆ ਗਏ ਜਿਹਨਾਂ ਦਾ ਮੈਂ ਮਾਲ ਫੜਾਇਆ ਸੀ ਨਸ਼ਈ ਉਹ ਜੱਜੇ ਹੋਣੀ ਕੁੱਟੇ ਵੀ ਮੈਨੂੰ ਬੈਗ ਵੀ ਖੋ ਕੇ ਲੈ ਗਏ ਪਰ ਲੱਭਾਂਗੇ ਕਿੱਥੋਂ ਯਾਰ ਉਹਨਾਂ ਨੂੰ ਹੁਣ ਉਹ ਦੱਸ ਸਕਦਾ ਸਾਨੂੰ ਨਸ਼ਈ ਇਹ ਕਿਹਨੇ ਕੀਤਾ ਮੈਂ ਕੀਤਾ ਬਾਹਰ ਭੇਜ ਕੇ ਤੈਨੂੰ ਕੀ ਲੱਗਦਾ ਸਭ ਕੁਛ ਠੀਕ ਹੋ ਜਾਣਾ ਬਾਹਰ ਨਾ ਕੋਈ ਮਿੰਨੀ ਨਾ ਕੋਈ ਮਿੰਨੀ ਦੀ ਹੋਕੀ ਉੱਥੇ ਮਾੜੀ ਸੰਗਤ 'ਚ ਪੈ ਗਿਆ ਫਿਰ ਕੀ ਕਰੇਂਗੀ ਤੁਸੀਂ ਠੀਕ ਕਹਿ ਰਹੇ ਹੋ ਫਿਰ ਮੇਰੇ ਪੈਸੇ ਪੈਸੇ ਆ ਨੋ ਇਟਸ ਅ ਲੌਂਗ ਸਟੋਰੀ ਮੈਂ ਦੱਸੂਗਾ ਬਾਅਦ 'ਚ ਤੈਨੂੰ ਉਹਦੇ ਕਰਕੇ ਤਾਂ ਮੈਂ ਕਹਿ ਰਿਹਾ ਮੈਨੂੰ ਦੱਸੇ ਕਿੱਥੇ ਰਹਿੰਦਾ ਉਹ ਜੱਜਾ ਦੱਸ ਇਹਨਾਂ ਨੂੰ ਦੱਸ ਤਾਂ ਨਹੀਂ ਹੈ ਦੱਸ ਤੇ ਰਿਹਾ ਹਾਂ ਚੱਲ ਪਰ ਟੇਕ ਕੇਅਰ ਰੱਖਿਓ ਇਹਦੀ ਵੀ ਅਤੇ ਆਪਣੀ ਵੀ ਚੱਲ ਜਰਾ ਮੇਰੇ ਨਾਲ ਗੱਲ ਕਰ ਵਾਹ ਕੀ ਕਹਿੰਦੇ ਸੀ ਉਸ ਦਿਨ ਅਸੀਂ ਨਾ ਫਲਰਟ ਕਰਦੇ ਚੰਗੇ ਲੱਗਦੇ ਹਾਂ ਸੀਰੀਅਸ ਨਹੀਂ ਹੋਣਾ ਆਸਟ੍ਰੇਲੀਆ ਦੀਆਂ ਗੋਰੀਆਂ ਬਾਰੇ ਸੋਚ ਉਹ ਐਸ ਯਾਰ ਮੈਨੂੰ ਪਸੰਦ ਆ ਸ਼ਾਬਾਸ਼ ਛਿੰਦਿਆ ਸ਼ਾਬਾਸ਼ ਤੂੰ ਉਸ ਬੰਦੇ ਤੋਂ 30 ਲੱਖ ਰੁਪਏ ਖੋ ਕੇ ਲਿਆਇਆ ਜਿਹਨੇ ਸਾਡਾ 30 ਲੱਖ ਦਾ ਮਾਲ ਫੜਵਾਇਆ ਸੀ ਉਸਤਾਦ ਜੀ ਗੱਲ ਪੁੱਛਾਂ ਪੁੱਛ ਉਸਤਾਦ ਜੀ ਆਪਣਾ ਕੋਈ ਕਿੱਸਾ ਤਾਂ ਸੁਣਾਓ ਅਮਰੀਕਾ ਦਾ ਪੁਰਾਣਾ ਰਾਸ਼ਟਰਪਤੀ ਸੀਗਾ ਨਾ ਜਿਹੜਾ ਉਹਨੇ ਇੱਕ ਵਾਰੀ ਅਨਾਊਂਸ ਕਰ ਦਿੱਤਾ ਕਿ ਜਿਹੜਾ ਬੰਦਾ ਘੱਟ ਤੋਂ ਘੱਟ ਗੋਲੀਆਂ ਦੇ ਵਿੱਚ ਸਾਰੇ ਸਟੇਡੀਅਮ ਦੀਆਂ ਲਾਈਟਾਂ ਗੁੱਲ ਕਰ ਦੇਗਾ ਉਹਨੂੰ ਇੰਟਰਨੈਸ਼ਨਲ ਸ਼ੂਟਰ ਦਾ ਇਨਾਮ ਮਿਲੇਗਾ ਮੈਂ ਉੱਥੇ ਪੁੱਜਿਆ ਗੁੱਸਾ ਚੜਿਆ ਹੋਇਆ ਸੀਗਾ ਮੈਨੂੰ ਮੈਂ ਬਸ ਇੱਕ ਗੋਲੀ ਚਲਾਈ ਤੇ ਸਾਰੇ ਸਟੇਡੀਅਮ ਦੀਆਂ ਲਾਈਟਾਂ ਗੁੱਲ ਕਰ ਦਿੱਤੀਆਂ ਉਹ ਕਿਵੇਂ ਜੀ ਮੈਂ ਗੋਲੀ ਮੇਨ ਸਵਿੱਚ ਤੇ ਮਾਰੀ ਵਾਹ ਉਸਤਾਦ ਜੀ ਵਾਹ ਬੜੇ ਚਰਚੇ ਸੁਣੇ ਸੀ ਤੁਹਾਡੇ ਅੱਜ ਦਰਸ਼ਨ ਵੀ ਕਰਾਤੇ ਪਰਮਾਤਮਾ ਨੇ ਤੁਸੀਂ ਕੌਣ ਜੀ ਮੈਂ ਆਸਟ੍ਰੇਲੀਆ ਤੋਂ ਆਇਆ ਬੜੇ ਫੈਨ ਹੈ ਜੀ ਉੱਥੇ ਤੁਹਾਡੇ ਤੁਸੀਂ ਵੀ ਮੇਰੇ ਫੈਨ ਬਹੁਤ ਵੱਡਾ ਫੈਨ ਆਟੋਗ੍ਰਾਫ ਮਿਲ ਸਕਦਾ ਦੇਖਿਆ ਮੁੰਡਿਓ ਐਸ ਕਰਕੇ ਮੈਨੂੰ ਇੰਟਰਨੈਸ਼ਨਲ ਸ਼ੂਟਰ ਕਹਿੰਦੇ ਹੈ ਜਾਓ ਕਾਕੇ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਕਰੋ ਪਕੌੜੇ ਸ਼ਕੌੜੇ ਵੀ ਬਣਾ ਲਿਆਓ ਬੈਗ ਕਿੱਥੇ ਗਿਆ ਮੇਰਾ ਮੇਰਾ ਬੈਗ ਮੁੰਡਾ ਕਿੱਥੇ ਹੈ ਉਹ ਮੁੰਡਿਆ ਭੱਜੀ ਨਾ ਨਹੀਂ ਤਾਂ ਗੋਲੀ ਮਾਰ ਦਾਂਗਾ ਤੇਰੇ ਉਸਤਾਦ ਜੀ ਮੁੰਡਾ ਉੱਧਰ ਗਿਆ ਗੋਲੀ ਤੁਸੀਂ ਇੱਧਰ ਮਾਰੀ ਜਾ ਰਹੇ ਹੋ ਉੱਧਰ ਤੁਸੀਂ ਭੱਜੋ ਨਾ ਇੱਧਰੋਂ ਮੈਂ ਨਹੀਂ ਜਾਣ ਦਿੰਦਾ ਉਹਨੂੰ ਓਏ ਇੱਧਰੋਂ ਲੰਘ ਕੇ ਦਿਖਾਈ ਮੈਂ ਤੇਰੇ ਗੋਲੀ ਆਰ ਪਾਰ ਕਰ ਦਾਂਗਾ
खेल हुण थोड़ा खेल खत्म। ओए पिस्तौल है कोई झंडा नहीं जिन्हों तुसी हिला रहे हो। अंकल जी पहिया बेटा वो मैं चेक नहीं की है। अच्छा चलो मैं चेक कर लूंगा। शुगर मिल च की करन गया सी। अच्छा 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 ओ ता सर गल ए है कि मेनू एक्चुअली शुगर है मैं उत्थे सप फड़न गया सीगा। लेके जा पते लाए दे। सर मैं पहले ही बेनती की मेरी तबीयत बहुत खराब है मैं इत माड़ा जा पहला इस बेंच ते पै जा चल चुप करके पै जा चल। थैंक यू सर थैंक यू वेरी मच। सुनो गल मेरी गल सुनो मेरे जिन्ने मर्जी मार लो पर गलती लगता है सर एक बेनती करनी सी हाथ जोड़ के सोन तो पहला मेनू गर्म दूध पीन की आदत है। तेरे लिए बांधा मैं बुरी लैची जरूर पवा दे प्लीज। देखो ओ इधर मुंह च कपड़ा थुनो ले आ के जानू थानेदार तो ए वड्डा बनया फिरदा इथे। हां भाई तुसी की रौला पाया। जनाब दो बंदे साडे पैसे लेके भज गए जी ते ए उना दा साथी है जी। हां भाई मैं साथी सुती कोई नहीं हैगा जी मेरे मालिक ने जी अगले पैसे लेके फुर हो गए जी। की नाम उना दा? रॉबी ते रौली जी। रॉबी ते रौली केड़े पिंड दे ने ओ? जरूरी काम नहीं कर रहे तो उधर जाके गल्ला मार लो। जनाब मेनू समझ नहीं आउंदी तुसी इहनू फड़या जां इहने फड़ के बिठाया तुहानू। चुप कर ओए इहनू लैके जाओ अंदर ते चढ़ाओ पटे ते। जी जनाब। सर पटा पुटा तां रहण दो मेरे दुध दे गलास दा की होया? तेरे दुध नूं लाउणा जाग चल अंदर। पर जनाब साडे पैसां दा की? ओ मिल जाणगे ओ पैसे लैके ओ सीधा पिंड गए ने ते तुसी पिंड पहुंचो। साडे पैसे मुड़ गए पिंड। चलो भाजी चलो चलो मिल के पैसे पहला पहले ही गए पैर पर थोड़ी चले पैसे दवा चको पैसे चल चल पैसे दवा। उस तो बाद मैं बच जाओ मेरे मगर गंडा सा लेके पर सीरियस करता हूं ने तेनु है ओ नहीं यार है भाई। हां अच्छा मरी जांदा है भी बकवास मेनू रोकदा रे आप है। कमाल करती कमाल लड्डू खाओ। तुसी कहो पाजी बस यार मैं भी छोड़ो परा फिर। कमाल करती जजन तुसी अंदर कराता लोगों का 30 लाख रुपया अड मोड़ता ते इनाम वाला 30 लाख रुपया फिर तुम्हें मिल गया। पाजी मेरी गल मनोहर था सीधा जहाज से कपड़ा मारो ते सुप आस्ट्रेलिया की तैयारी खिंचो पाजी। चचनी गल ठीक है ना फिर ले चलिए पैसे आस्ट्रेलिया। सानू पैसे की लोड़ नहीं है बहुत आई थिंक यार जिन्हें लोड़ है ना उन्होंने दिने पैसे
that's like my bro. It's all you, man. I just watch you, man. Just trying to. And you know that I just. Yeah. This is competition about the behavior, but don't like of King Kim Hyung of Indian Airlines, and the subordinate bodies, and CC and credit card of ICC. Angreji. सरदार जी इधर आओ, नवी टैक्सी की बोनी करा दो। वैसे तुसी जाना कित्थे? जलंधर। जलंधर तुसी जाना है? जलंधर बैठो गड्डी दे अंदर, तुहानू हुणे ले चलदे आ। आजो आजो चलिए। इस एड्रेस से जाना है। तुसी चिंता ना करो जी, मैं तुहानू घर दे अंदर छड़ के आवांगा। वेरी इंटरेस्टिंग पर्सन। आओ सरदार जी, आ गया तुहाडा टिकाणा, कित्थे तुसी जाना। दस किन्ने पैसे? नहीं नहीं सरदार जी, कोई पैसा नहीं। क्यों भाई, नाले तू कहंदा सी बोनी दा टाइम है, हुण मना कर रहे हैं? सरदार जी, इस घर आके तो मेरी वैसे बोनी हो जांदी है। मैं कुछ समझया नहीं। सरदार जी, इस घर विच ओही दो मुंडे रहंदे आ, रोबी ते रौली, जिन्हां दी मैं रस्ते विच गल करदा आ रिहा सी। उन्हां ने ते मेरी जिंदगी बदल दित्ती। इस इलाके विच कोई भी ऐसा बंदा नहीं इन्हां ने जिस दी मदद ना कीती होवे। सारियां नूं प्यार दित्ता, सारियां तों प्यार लिया, इसे करके मेरा ऑस्ट्रेलिया नाल प्यार हो गया। भई ताने प्यो जिसने ऐसे पुत्रा नू जन्म दिता। तू गल करनी? डैडी यार, मैं शर्त हार गया। डैडी ऐसी तो मैं नहीं। बेटा तुसी हार के भी जीत गए हो।